ਸਤਿ ਸ਼੍ਰੀ ਅਕਾਲ ਦੋਸਤੋ, ਤੁਸੀਂ ਸੁਣ ਰਹੇ ਹੋ ਰੇਡੀਓ ਗੱਲ ਪੰਜਾਬ ਦੀ। USA ਪਲਰਾਜ ਵੱਲੋਂ ਹਾਜ਼ਰਿਆ ਪ੍ਰੋਗਰਾਮ ਇੱਕ ਨਜ਼ਰ ਸੁਰਖੀਆਂ ਤੇ ਲੈ ਕੇ। ਸੋ ਦੋਸਤੋ, ਅੱਜ ਦੇ ਟਾਕ ਸ਼ੋ ਪ੍ਰੋਗਰਾਮ ਦੇ ਵਿੱਚ ਸਾਡੇ ਨਾਲ ਹੋਣਗੇ ਹਰਪ੍ਰੀਤ ਕੰਗ ਤੇ ਅੱਜ ਦੀਆਂ ਖਾਸ ਖਾਸ ਖਬਰਾਂ ਤੇ ਉਹਨਾਂ ਦੇ ਨਾਲ ਕਰਾਂਗੇ ਚਰਚਾ। ਜੀ ਕੰਗ ਸਾਹਿਬ, ਜੀ ਆਇਆਂ ਨੂੰ ਸਵਾਗਤ ਹੈ ਪ੍ਰੋਗਰਾਮ 'ਚ ਤੁਹਾਡਾ। ਜਿੰਨੇ ਵੀ ਸਰੋਤੇ ਸਾਡੇ ਰੇਡੀਓ ਗੱਲ ਪੰਜਾਬ ਦੀ USA ਨੂੰ ਸੁਣ ਰਹੇ ਸੀ, ਪੱਲਾ ਜੀ ਤੁਹਾਡਾ ਜੀ ਬਹੁਤ ਬਹੁਤ ਧੰਨਵਾਦ, ਸਾਨੂੰ ਯਾਦ ਕੀਤਾ ਜੀ। ਜੀ ਕੰਗ ਸਾਹਿਬ, ਸਭ ਤੋਂ ਪਹਿਲਾਂ ਭਾਵੇਂ ਸਾਡੇ ਭਾਰਤ ਦੇਸ਼ ਦੀ ਜੇ ਗੱਲ ਕਰੀਏ, ਬੜਾ ਮਸਲਿਆਂ ਦੇ ਵਿੱਚ ਉਲਝਿਆ ਹੋਇਆ, ਪਰ ਇਸ ਸਮੇਂ ਦੇ ਵਿੱਚ ਜਿਸ ਵੱਡੀ ਸਮੱਸਿਆ ਵੱਲ ਸਾਡੀਆਂ ਸਰਕਾਰਾਂ ਨੂੰ ਗੌਰ ਕਰਨ ਦੀ ਜ਼ਰੂਰਤ ਹੈ, ਜਿਸ ਤੋਂ ਬਿਨਾਂ ਆਪਾਂ ਕਹਾਂਗੇ ਕਿ ਕੋਈ ਗੁਜ਼ਾਰਾ ਜਿਹੜਾ ਉਹ ਨਹੀਂ ਹੈਗਾ, ਉਹ ਹੈ ਕਿਸਾਨ। ਕਿਉਂਕਿ ਜੇ ਗੱਲ ਕਰੀਏ ਕਿਸਾਨ ਤੇ ਕਿਸਾਨੀ ਦੀ, ਦੋਨਾਂ ਦੀ ਹੱਤਿਆ ਜਿਹੜੀ ਆ ਹੋ ਰਹੀ ਹੈ। ਭਾਵੇਂ ਕਿ ਇਹ 20 ਸਾਲ ਦਾ ਮਸਲਾ ਚੱਲ ਰਿਹਾ ਕਿ ਕਿਸਾਨ ਜਿਹੜੇ ਨੇ ਹੌਲੀ ਹੌਲੀ ਨਿਵਾਣ ਦੇ ਵੱਲ ਆ ਰਹੇ ਨੇ, ਪਰ ਆਮ ਜਿਹੜਾ ਭਾਸ਼ਾ 'ਚ ਕਿਹਾ ਜਾਂਦਾ ਕਿ 2014 ਤੋਂ ਬਾਅਦ ਦੇ ਵਿੱਚ ਕਿਸਾਨ ਜਿਹੜੇ ਨੇ ਉਹਨਾਂ ਨੂੰ ਜ਼ਿਆਦਾ ਮੁਸੀਬਤਾਂ ਦਾ ਸਾਹਮਣਾ ਕਰਨਾ ਪੈ ਰਿਹਾ। ਸੋ ਮਹਾਰਾਸ਼ਟਰ ਵਿੱਚ ਸਰਕਾਰ ਦੀ ਨਾਕਾਮੀ ਨੂੰ ਲੈ ਕੇ 30,000 ਦੇ ਕਰੀਬ ਜਿਹੜੇ ਨੇ ਉਹ ਕਿਸਾਨ ਪੈਦਲ ਚੱਲ ਕੇ ਮੁੰਬਈ ਜਿਹੜੇ ਨੇ ਪਹੁੰਚੇ ਨੇ, ਤੇ ਖਬਰਾਂ ਆ ਰਹੀਆਂ ਨੇ ਕਿ ਅੱਜ ਵਿਧਾਨ ਸਭਾ ਨੂੰ ਘੇਰਨ ਦੀ ਤਿਆਰੀ ਦੇ ਵਿੱਚ ਨੇ। ਕੀ ਕਹੋਗੇ ਤੁਸੀਂ ਕਿਸਾਨਾਂ ਦੇ ਇੰਨਾ ਆਪਾਂ ਕਹਿ ਸਕਦੇ ਹਾਂ ਕਿ ਇੱਕ ਭਰਵਾਂ ਇਕੱਠ ਜਿਹੜਾ ਉਹ ਦੇਖ ਕੇ ਲੱਗਦਾ ਕਿ ਸਰਕਾਰਾਂ ਗੌਰ ਕਰਨਗੀਆਂ ਕਿ ਫਿਰ ਉਹੀ ਕਾਰਪੋਰੇਟ ਨੂੰ ਸਪੋਰਟ ਕਰਦੀਆਂ ਰਹਿਣਗੀਆਂ? ਬਲਰਾਜ ਜੀ, ਇੱਕ ਹਿੰਦੀ ਦੀ ਕਹਾਵਤ ਹੈ ਕਿ ਵਿਨਾਸ਼ ਕਾਲੇ ਵਿਪਰੀਤ ਬੁੱਧੀ। ਜੀ, ਸਰਕਾਰ ਦਾ ਜ਼ੋਰ ਲੱਗਾ ਪਿਆ ਤੇ ਜਿਵੇਂ ਆਪਾਂ ਇੱਕ ਗੰਨੇ ਚੋਂ ਰਸ ਕੱਢਦੇ ਹਾਂ ਨਾ, ਤੁਸੀਂ ਦੇਖਿਆ ਹੋਣਾ ਜਦੋਂ, ਚਲੋ ਪਿੰਡਾਂ ਦੀ ਗੱਲ ਤਾਂ ਹੋਰ ਹੈ, ਸਾਡੇ ਕੋਲ ਤਾਂ ਵੇਲਣੇ ਵੈਸੇ ਹੋਰ ਹੁੰਦੇ ਨੇ, ਪਰ ਜਿਹੜੇ ਸ਼ਹਿਰਾਂ ਦੇ ਵਿੱਚ ਆਪਾਂ ਰੇਹੜੀਆਂ ਤੇ ਖੜ ਕੇ ਗੰਨੇ ਦੀ ਰਸ ਪੀਂਦੇ ਹਾਂ, ਉਹ ਪਹਿਲਾਂ ਇੱਕ ਵਾਰ ਗੰਨੇ ਨੂੰ ਲਗਾਉਂਦੇ ਨੇ, ਜੀ, ਫਿਰ ਦੂਜੀ ਵਾਰ ਮਰੋੜ ਕੇ ਲਾਉਂਦੇ ਨੇ, ਫਿਰ ਤੀਜੀ ਵਾਰ, ਫਿਰ ਚੌਥੀ ਵਾਰ, ਕਹਿਣ ਤੋਂ ਭਾਵ ਕਿ ਜਦੋਂ ਤੱਕ ਉਹਦੇ ਵਿੱਚ ਐਨ ਪੂਰਾ ਰਸ ਨਹੀਂ ਨਿਕਲ ਜਾਂਦਾ, ਉਹਨੂੰ ਵੇਲਣ ਦੇ ਵਿੱਚ ਹੀ ਘੁਮਾਉਂਦੇ ਹੀ ਰਹਿੰਦੇ ਨੇ। ਬਿਲਕੁਲ ਉਹੀ ਹਾਲ ਸਰਕਾਰਾਂ ਨੇ ਕਿਸਾਨਾਂ ਦਾ ਕੀਤਾ ਹੋਇਆ। ਜੀ, ਹੁਣ ਤੋਂ ਨੀ, ਬੜੇ ਲੰਬੇ ਟਾਈਮ ਤੋਂ ਪਹਿਲਾਂ ਇੱਕ ਵਾਰ ਲਗਾਉਂਦੇ ਸੀ, ਫਿਰ 2 ਵਾਰੀ, ਹੁਣ ਤਾਂ 4 ਵਾਰੀ ਲਗਾਉਂਦੇ, ਜਦੋਂ ਬਰਾਦਾ ਜਿਹਾ ਬਣ ਗਿਆ, ਬੂਰਾ ਜਿਹਾ ਬਣ ਗਿਆ, ਹਲੇ ਵੀ ਛੱਡਦੇ। ਇਹ ਕਿੰਨਾ ਕੁ ਜ਼ੋਰ ਇਹਨਾਂ ਦੇ ਵਿੱਚ ਹੈ ਉਹਨੂੰ ਪੱਖਣ ਤੇ ਲੱਗਾ ਹੋਇਆ ਸਰਕਾਰ ਦਾ। ਜੀ, ਤੇ ਐਡੀ ਮੈਂ ਕਹਿ ਸਕਦਾ ਕਿ ਮਾੜੀ ਗੱਲ ਸਰਕਾਰ ਦੀ ਹੈ ਕਿ ਕਿਸਾਨਾਂ ਦੀ ਬਹਿ ਕੇ ਗੱਲ ਵੀ ਨੀ ਸੁਣ ਸਕਦੀ। ਜੀ, ਪਹਿਲਾਂ ਪੰਜਾਬ ਦੀ ਆਪਾਂ ਹਾਲਤ ਦੇਖ ਲਈਏ ਕਿਸਾਨਾਂ ਦੀ ਕੀ ਹੈ, ਫਿਰ ਆਪਾਂ ਕਿਸਾਨ ਦੇਖੇ ਸੀ ਦਿੱਲੀ ਦੇ ਵਿੱਚ ਆ ਕੇ, ਜਿਹਨਾਂ ਨੇ ਨੰਗੇ ਹੋ ਕੇ ਪ੍ਰਦਰਸ਼ਨ ਕੀਤਾ ਸੀ, ਉਹਨਾਂ ਦੀ ਵੀ ਕਿਸੇ ਨੇ ਨੀ ਸੁਣੀ। ਤੇ ਹੁਣ ਨਾਸਿਕ ਤੋਂ ਇੱਕ ਬਹੁਤ ਵੱਡਾ ਕਾਫਲਾ 25,000-30,000 ਕਿਸਾਨਾਂ ਦਾ ਮੁੰਬਈ ਵੱਲ ਤੁਰਿਆ ਹੋਇਆ ਤੇ ਮੇਰਾ ਖਿਆਲ 1-2 ਘੰਟਿਆਂ ਦੇ ਵਿੱਚ ਪਹੁੰਚਣ ਵਾਲਾ ਜੀ ਹੁਣ ਮੁੰਬਈ ਦੇ ਵਿੱਚ, ਜਿਹਦੇ ਵਿਧਾਨ ਸਭਾ ਘੇਰਨ ਦੀ ਤਿਆਰੀ ਕੀਤੀ ਹੋਈ ਹੈ। ਜੀ, ਹੁਣ ਹੋਣਾ ਕੀ ਆ, ਵਿਧਾਨ ਸਭਾ ਐਂ ਤਾਂ ਨੀ ਘੇਰ ਨੀ ਦੇਣੀ, ਸਰਕਾਰ ਦਾ ਜ਼ੋਰ ਚੱਲਣਾ, ਮੂਹਰੇ ਬੈਰੀਗੇਟ ਲਗਾਏ ਜਾਣੇ ਆ, ਪੁਲਿਸ ਮੇਰਾ ਖਿਆਲ ਨੀਮ ਫੌਜੀ ਦਲ ਵੀ ਉੱਥੇ, ਫਿਰ ਇਹਨਾਂ ਨੇ ਪਹਿਲਾਂ ਪਾਣੀ ਦੀਆਂ ਬਿਛਾਰਾਂ ਮਾਰੂਗੇ, ਉਹ ਤੋਂ ਬਾਅਦ ਅਥਰੂ ਗੈਸ ਦੇ ਗੋਲੇ ਚਿੱਟੂਗੇ, ਫਿਰ ਪਲਾਸਟਿਕ ਦੀਆਂ ਗੋਲੀਆਂ ਚਲਾਉਗੇ, ਕਿਹਨਾਂ ਦੇ ਉੱਤੇ, ਇੱਕ ਕਿਸਾਨਾਂ ਦੇ ਉੱਤੇ, ਜਿਹੜੇ ਇਸ ਦੇਸ਼ ਦੇ ਚਾਹੇ ਕਾਰਪੋਰੇਟ ਘਰਾਣੇ ਹੋਣ, ਚਾਹੇ ਮੰਤਰੀ ਹੋਣ, ਚਾਹੇ ਪ੍ਰਸ਼ਾਸਨਿਕ ਅਧਾਰੀ ਹੋਣ, ਜਿਹਨਾਂ ਸਾਰਿਆਂ ਦੇ ਪਰਿਵਾਰਾਂ ਦਾ ਜੋ ਢਿੱਡ ਭਰਦੇ ਨੇ। ਬਿਲਕੁਲ, ਪਹਿਲਾਂ ਤਾਂ ਇਹ ਸੀ ਕਿ ਅਸੀਂ ਕਿਸਾਨਾਂ ਦੀ ਗੱਲ ਚੁੱਕਦੇ ਸੀ ਕਿ ਸ਼ਾਇਦ ਪੰਜਾਬ ਦੇ ਵਿੱਚ ਹੀ ਮਾੜਾ ਹਾਲ ਹੈ, ਪਰ ਨਹੀਂ, ਪੂਰੇ ਭਾਰਤ ਦੇਸ਼ ਦੇ ਵਿੱਚ ਕਿਸਾਨਾਂ ਦਾ ਇੱਕ ਤਰੀਕੇ ਦੇ ਨਾਲ ਪੂਰੀ ਦਾ ਪੂਰਾ ਜੂਸ ਕੱਢਿਆ ਜਾ ਰਿਹਾ ਕਿ ਇਹਨਾਂ ਦੇ ਕੋਲ ਕੀ ਹੈ ਉਹ ਸਾਨੂੰ ਦੇ ਦਿੱਤਾ ਜਾਵੇ। ਸਰਕਾਰ ਨੇ ਆਪਣੇ ਖਜ਼ਾਨੇ ਭਰਨ ਦੇ ਲਈ, ਆਪਣੇ ਅਨਾਜ ਦੇ ਭੰਡਾਰ ਭਰਨ ਦੇ ਲਈ ਕਿਸਾਨਾਂ ਦੀ ਰੱਜ ਕੇ ਦੁਰਵਰਤੋਂ ਕੀਤੀ, ਤੇ ਕਿਸਾਨ ਅੱਜ ਹਾਂ ਦਾ ਨਾਰਾ ਨਹੀਂ ਮਾਰ ਸਕਦੇ। ਕਿਸਾਨਾਂ ਦੀ ਸਾਰਿਆਂ ਤੋਂ ਪਹਿਲਾਂ ਗੱਲ ਸੁਣਨੀ ਚਾਹੀਦੀ ਸੀ, ਜੇ ਅੱਜ ਭਾਰਤ ਦੇਸ਼ ਚੱਲ ਰਿਹਾ ਕੋਈ ਕੋਲ ਬਹੁਤ ਵੱਡੇ ਤੇਲ ਭੰਡਾਰ ਤਾਂ ਹੈ ਨੀ, ਨਾ ਇਹਦੇ ਕੋਲ ਕੋਈ ਹੋਰ ਸੋਰਸ ਨਹੀਂ, ਤੇ ਖੇਤੀ ਪ੍ਰਧਾਨ ਜੇ ਆਪਾਂ ਭਾਰਤ ਨੂੰ ਕਹਿ ਲਈਏ ਉਹ ਹੈਗਾ ਇੱਕ ਇਹ ਦੇਸ਼, ਤੇ ਅੱਜ ਜਿਹਨਾਂ ਦੇ ਸਿਰ ਤੇ ਪ੍ਰਧਾਨਗੀ ਕਰਨੀ ਆ ਉਹ ਹੀ ਭੁੱਖੇ ਮਰ ਰਹੇ ਨੇ। ਜੀ, ਕਿਸੇ ਵੀ ਸਰਕਾਰ ਨੇ ਕੇਂਦਰ ਦੇ ਵਿੱਚ ਕਿਸੇ ਦੀ ਵੀ ਰਹੀ ਹੋਵੇ ਕਿਸਾਨਾਂ ਵੱਲ ਕੋਈ ਧਿਆਨ ਨਹੀਂ ਦਿੱਤਾ, ਕਿਸਾਨ ਭੁੱਖਾ ਮਰ ਰਿਹਾ, ਤੇ ਅੱਜ ਉਹ ਕਦੇ ਨੰਗੇ ਹੋ ਕੇ ਵਿਰੋਧ ਕਰ ਰਿਹਾ, ਕਦੇ ਆਪਣਾ ਹੀ ਗੰਦ ਮੰਦ ਖਾਣ ਤੇ ਮਜਬੂਰ ਹੋ ਰਿਹਾ, ਇਹਨਾਂ ਦੇ ਧਰਨੇ ਰੋਸ ਪ੍ਰਦਰਸ਼ਨ ਕਰਦੇ, ਇਹਨਾਂ ਦੇ ਤਰੀਕੇ ਜਦੋਂ ਦਿੱਲੀ ਦੇ ਵਿੱਚ ਅੰਤਰ ਮੰਤਰ ਤੇ ਅਪਣਾਏ, ਤੇ ਇੱਥੋਂ ਤੱਕ ਕਿ ਇਹਨਾਂ ਦੀਆਂ ਰੈਲੀਆਂ ਦੇ ਵਿੱਚ ਹੀ ਕਿਸਾਨਾਂ ਨੇ ਖੁਦਕੁਸ਼ੀਆਂ ਕੀਤੀਆਂ। ਬਿਲਕੁਲ, ਤੇ ਹੁਣ ਆਪਾਂ ਗੱਲ ਕਰੀਏ ਪੰਜਾਬ ਦੇ, ਹਰ ਰੋਜ਼ ਅਖਬਾਰ ਦੇ ਵਿੱਚ
ਆ ਰਿਹਾ ਕਿ ਇੱਥੇ ਦੋ ਕਿਸਾਨਾਂ ਨੇ ਆਤਮ ਹੱਤਿਆ ਕਰ ਲਈ, ਇੱਥੇ ਚਾਰ ਕਿਸਾਨਾਂ ਨੇ ਆਤਮ ਹੱਤਿਆ ਕਰ ਲਈ। ਤੇ ਕਿਉਂਕਿ ਅਸੀਂ ਪੰਜਾਬੀ ਹਾਂ, ਅਸੀਂ ਪੰਜਾਬ ਦੇ ਅਖਬਾਰ ਬਹੁਤਾ ਦੇਖਦੇ ਹਾਂ, ਜੇ ਅਸੀਂ ਇਹੀ ਪੂਰੇ ਭਾਰਤ ਦਾ ਕੋਈ ਅਖਬਾਰ ਦੇਖੀਏ ਤਾਂ ਇਹੀ ਚੱਲਦੇ ਸਾਰੇ ਬਣੇ ਪਏ। ਹੁਣ ਤਾਂ ਕਿਸਾਨ ਖੁਦਕੁਸ਼ੀ ਦੀ ਖਬਰ ਵੀ ਛੋਟੀ ਜਿਹੀ ਐਂ ਲਗਾ ਦਿੰਦੇ ਨੇ, ਜਿਵੇਂ ਇੱਕ ਚਿੱਠੀ ਦੇ ਉੱਤੇ ਕੋਈ ਟਿਕਟ ਲੱਗੀ ਹੁੰਦੀ ਛੋਟੀ ਜਿਹੀ। ਕੋਈ ਜੀ ਹੁਣ ਤਰਜੀਹ ਨਹੀਂ ਦਿੰਦਾ ਇਹਨਾਂ ਖਬਰਾਂ ਨੂੰ ਵੀ, ਜੀ ਕੋਈ ਅਖਬਾਰ ਵੀ। ਬਿਲਕੁਲ ਤੇ ਬਾਅਦ ਵਿੱਚ ਇਹੋ ਜਿਹਾ ਜੀ ਸਰ ਕਰਜ਼ਾ ਸੀ ਤੇ ਇਹ ਸਰਕਾਰ ਇਹਦਾ ਕਰਜ਼ਾ ਮਾਫ਼ ਕਰੇ। ਸਰਕਾਰਾਂ ਕਰਜ਼ੇ ਕਦ ਤੱਕ ਮਾਫ਼ ਕਰਦੇ ਰਹਿਣਗੇ? ਸਰਕਾਰ ਅੱਜ ਕਿਸੇ ਵੀ ਸਟੇਟ ਦੀ ਵੀ ਕਿਸੇ ਵੀ ਕਿਸਾਨ ਦਾ ਕਰਜ਼ਾ ਮਾਫ਼ ਕਰ ਲਏ, ਉਹ ਕੋਈ ਸਥਾਈ ਹੱਲ ਨਹੀਂ ਹੈ। ਜੀ ਜੇ ਰੋਗ ਫੜਨਾ ਤਾਂ ਉਹਨੂੰ ਜੜ ਤੋਂ ਫੜਨਾ ਚਾਹੀਦਾ, ਐਵੇਂ ਪੇਨ ਕਿਲਰ ਦੇ ਕੇ ਗੱਲ ਨਹੀਂ ਬਣਦੀ। ਜੇ ਜੀ ਤੁਹਾਡਾ ਹੁਣ ਥੋੜੇ ਚਿਰ ਲਈ ਪੇਨ ਰੋਗੀ ਤੇ ਰੋਗ ਤਾਂ ਤੁਹਾਡਾ ਸਿਰ ਦਿਓ ਤਾਂ ਕਿਉਂ ਖੜਾ ਨਾ? ਬਿਲਕੁਲ ਕਿਸਾਨਾਂ ਦਾ ਅਸਲ ਰੋਗ ਇਹ ਹੈ ਕਿ ਉਹਨਾਂ ਨੂੰ ਉਹਨਾਂ ਦੀਆਂ ਜਿਣਸਾਂ ਦੇ ਅਸਲੀ ਭਾਅ ਨਹੀਂ ਮਿਲਦੇ। ਬਿਲਕੁਲ ਪਿਛਲੇ 20 ਸਾਲਾਂ ਦਾ ਜੇ ਰਿਕਾਰਡ ਦੇਖੀ ਤਾਂ ਜਿਹੜੀਆਂ ਖਾਦਾਂ ਅਸੀਂ ਪਾਉਂਦੇ ਹਾਂ, ਦਵਾਈਆਂ ਅਸੀਂ ਪਾਉਂਦੇ ਹਾਂ, ਬੀਜ ਅਸੀਂ ਪਾਉਂਦੇ ਹਾਂ ਆਪਣੇ ਖੇਤਾਂ ਦੇ ਵਿੱਚ, ਉਹ ਦੁੱਗਣੇ ਤੋਂ ਤਿੱਗਣੇ, ਤਿੱਗਣੇ ਤੋਂ 4 ਗੁਣਾ ਹੋ ਚੁੱਕੇ ਨੇ। ਬਿਲਕੁਲ ਪਰ ਸਾਡੀ ਜਿਣਸ ਦਾ ਰੇਟ ਕਿੰਨਾ ਵਧਿਆ? 10 ਤੋਂ 20 ਰੁਪਏ, ਕਦੇ 50 ਰੁਪਏ, ਕਦੇ 20 ਰੁਪਏ, ਕਦੇ 50 ਰੁਪਏ, ਬਸ ਇਸ ਤੋਂ ਵੱਧ ਨਹੀਂ ਵਧਿਆ। ਜੀ ਪਰ ਸਾਡੀਆਂ ਲੇਬਰਾਂ ਕਿੰਨੀਆਂ ਵੱਧ ਗਈਆਂ ਇਹ ਵੀ ਦੇਖਣ ਦਾ ਵਿਸ਼ਾ ਆਇਆ। ਜੀ ਸਾਡੀ ਉਹਦੇ ਉੱਪਰ ਡੀਜ਼ਲ ਦਾ ਖਰਚਾ ਕਿੰਨਾ ਵੱਧ ਗਿਆ, ਸਾਨੂੰ ਬਿਜਲੀ ਕਿੰਨੀ ਮਿਲੀ ਤੇ ਕਿੰਨੇ ਅਸੀਂ ਜਨਰੇਟਰਾਂ ਦੁਆਰਾ ਤੇਲ ਫੂਕ ਰਹੇ ਹਾਂ। ਬਿਲਕੁਲ ਕਹਿਣ ਦਾ ਮਤਲਬ ਕਿਸਾਨਾਂ ਦੀ ਲਾਗਤ ਜ਼ਿਆਦਾ ਹੋ ਗਈ, ਇਨਕਮ ਹੈ ਨਹੀਂ, ਤੇ ਹੋਰ ਹੁਣ ਕਿਸਾਨ ਕਰਨ ਵੀ ਕੀ, ਜਦਕਿ ਸਰਕਾਰਾਂ ਨੇ ਪਹਿਲਾਂ ਇਹਨੂੰ ਬਹੁਤ ਵੱਡੇ ਲਾਲਚ ਦੇ ਕੇ ਖੇਤੀ ਕਰਨ ਤੇ ਲਾਇਆ ਹੋਇਆ, ਜੀ ਤੁਸੀਂ ਖੇਤੀ ਕਰੋ ਜੀ, ਹਰੀ ਕ੍ਰਾਂਤੀ ਲਿਆਉਣੀ ਆ, ਤੇ ਹਰੀ ਕ੍ਰਾਂਤੀ ਦੇ ਨਾਲ ਨਾਲ ਫਿਰ ਇਹ ਕਹਿੰਦਾ ਜੀ ਸਫੇਦ ਕ੍ਰਾਂਤੀ ਲਿਆਉਣੀ ਆ ਜੀ, ਤੁਸੀਂ ਡੇਅਰੀ ਫਾਰਮਿੰਗ ਦਾ ਕੋਰਸ ਕਰੋ, ਤੇ ਫਿਰ ਕਹਿਣ ਲੱਗਾ ਜੀ ਤੁਸੀਂ ਨਾਲ ਨਾਲ ਮੱਛੀ ਪਾਲਣ ਦਾ ਵੀ ਕਰ ਲਓ, ਫਿਰ ਕਹਿਣ ਲੱਗ ਪਿਆ ਤੁਸੀਂ ਨਾਲ ਨਾਲ ਸੂਰ ਪਾਲਣ ਦਾ ਵੀ ਕਰਨ ਲੱਗ ਪਓ, ਫਿਰ ਜੀ ਕਹਿਣ ਲੱਗ ਪਿਆ ਤੁਸੀਂ ਨਾਲ ਨਾਲ ਸ਼ਹਿਦ ਦੀਆਂ ਮੱਖੀਆਂ ਵੀ ਰੱਖ ਲਓ। ਹੁਣ ਦੱਸੋ ਕਿਸਾਨ ਕੀ ਕਰੇ? ਬਿਲਕੁਲ ਇਹਨਾਂ ਸਾਰੀਆਂ ਚੀਜ਼ਾਂ ਦੇ ਵਿੱਚੋਂ ਵੀ ਕਦੇ ਕੰਮ ਕਰਨ ਦੇ ਨਾਲ ਵੀ ਕਿਸਾਨ ਦੇ ਪੱਲੇ ਢੇਲਾ ਨਹੀਂ ਪਿਆ, ਜੀ ਤੇ ਕਣਕ ਝੋਨਾ ਕਰਦੇ ਕਰਦੇ ਅਸੀਂ ਆਪਣੀਆਂ ਜ਼ਮੀਨਾਂ ਵੀ ਬੰਜਰ ਕਰ ਲਈ, ਤੇ ਸਾਡੇ ਕੋਲੋਂ ਹੁਣ ਕਣਕ ਖਰੀਦਣੀ ਹੈ ਇਹਨਾਂ ਨੇ ਜੀ 1500-1600 ਰੁਪਏ ਨੂੰ ਕੁਇੰਟਲ, ਤੇ ਜੀ ਜਦੋਂ ਇਹਨੂੰ ਹੀ ਸੋਧ ਕੇ ਜਦੋਂ ਇਹਦਾ ਬੀਜ ਤਿਆਰ ਕਰਕੇ ਕੰਪਨੀ ਵਾਲਿਆਂ ਨੇ ਦੇਣਾ, ਤੇ ਸਾਨੂੰ ਉਹ 4 ਤੋਂ 6 ਹਜ਼ਾਰ ਰੁਪਏ ਕੁਇੰਟਲ ਮਿਲਦਾ, ਜੀ ਬਿਲਕੁਲ ਜਦਕਿ ਦਾਣੇ ਤਾਂ ਉਹੀ ਹੁੰਦੇ ਨੇ, ਇੱਕ ਸਿਰਫ ਉਹਨੂੰ ਸੋਧ ਕੇ ਦੇਣ ਦੇ, ਸੋਧਣ ਤੇ ਕਿੰਨਾ ਟਾਈਮ ਲੱਗਦਾ ਹੋਊਗਾ? ਜੀ ਪਰ ਕਿਸਾਨ ਦੇ 6 ਮਹੀਨੇ ਲੱਗਦੇ ਆ ਖੇਤ ਵਿੱਚ ਬੰਨਿਆਂ ਵੱਟਾਂ ਤੇ ਘੁੰਮਦਿਆਂ, ਜੀ ਮਿਹਨਤ ਲੱਗਦੀ ਹੈ 6 ਮਹੀਨੇ, ਤੇ ਉਹਨਾਂ ਨੇ ਇੱਕ ਇੱਥੋਂ ਸਾਡੇ ਕੋਲੋਂ ਕਣਕ ਖਰੀਦਣੀ ਹੈ, ਇੱਕ ਵਾਰੀ ਫੈਕਟਰੀ ਦੇ ਵਿੱਚ ਆਪਣੇ ਦੀ ਘੁਮਾਉਣੀ ਹੈ ਤੇ ਬਾਅਦ ਵਿੱਚ ਸਾਨੂੰ ਵੀ ਵਾਪਸ ਦੇ ਦੇਣੀ ਹੈ, ਤੇ ਜਿਹਦਾ ਕਿ 4-5 ਗੁਣਾ ਰੇਟ ਵੱਧ ਜਾਂਦਾ, ਬਿਲਕੁਲ ਸਾਡਾ ਨਹੀਂ ਵੱਧਦਾ, ਕਿਸਾਨਾਂ ਦੀ ਬੜੀ ਮਾੜੀ ਹਾਲਤ ਹੈ, ਤੇ ਇਸ ਸਰਕਾਰ ਨੇ ਕਿਸਾਨਾਂ ਦੀ ਗੱਲ ਸੁਣਨ ਦੀ ਸਾਰਿਆਂ ਨੂੰ ਵੱਡੀ ਗੱਲ ਆਪਣੇ ਚੋਣ ਮੈਨੀਫੈਸਟੋ ਚ ਕਹੀ ਸੀ ਕਿ ਅਸੀਂ ਸਵਾਮੀਨਾਥਨ ਦੀਆਂ ਸਿਫਾਰਿਸ਼ਾਂ ਜਿਹੜੀਆਂ ਉਹ ਰਿਪੋਰਟ ਲਾਗੂ ਕਰਾਂਗੇ, ਪਰ ਨਹੀਂ ਕੀਤੀ। ਜੀ ਹੁਣ ਮੈਂ ਕਿਸਾਨਾਂ ਦੀ ਗੱਲ ਕਰਦਾ ਨਾਸਿਕ ਦਿਆਂ ਦੀ, ਨਾਸਿਕ ਦੇ ਵਿੱਚ ਇਹਨਾਂ ਦਿਨਾਂ ਦੇ ਵਿੱਚ ਪਿਆਜ਼ ਆ ਜਾਂਦਾ ਜੀ, ਮੰਡੀਆਂ ਭਰੀਆਂ ਪਈਆਂ ਹੁੰਦੀਆਂ ਜੀ ਪਿਆਜ਼ ਦੀਆਂ, ਜੀ ਤੇ ਜਦੋਂ ਪਿਆਜ ਦੀ ਫਸਲ ਮੰਡੀ ਦੇ ਵਿੱਚ ਆਉਣੀ ਹੈ ਤਾਂ ਪਿਆਜ਼ ਦਾ ਰੇਟ ਤੁਸੀਂ ਪੰਜਾਬ ਵਿੱਚ ਵੀ ਦੇਖ ਲਓ ਕਿ ਸਬਜ਼ੀ ਵਾਲੇ ਆਮ ਪਿੰਡਾਂ ਦੇ ਵਿੱਚ ਜਿਹੜੇ ਵੇਚਦੇ ਨੇ ਉਹ ਨਾਅਰੇ ਮਾਰਦੇ ਫਿਰਦੇ ਨੇ, ਹੋਕੇ ਦਿੰਦੇ ਫਿਰਦੇ ਨੇ ਕਿ ਜੀ ਲੈ ਲਓ 10 ਰੁਪਏ ਕਿਲੋ। ਬਿਲਕੁਲ ਬਿਲਕੁਲ ਹੁਣ ਜਦੋਂ ਫਸਲ ਨਵੀਂ ਆਈ ਹੈ ਤੇ ਸਾਨੂੰ 10 ਰੁਪਏ ਕਿਲੋ ਘਰ ਬੈਠਿਆਂ ਨੂੰ ਨਾਸਿਕ ਤੋਂ ਜਿਹੜਾ ਪਿਆਜ਼ ਆਉਂਦਾ ਉਹ ਮਿਲ ਰਿਹਾ, ਤੇ ਉੱਥੇ ਉਸ ਵੇਲੇ ਦਾ ਕੀ ਭਾਅ ਹੋਊਗਾ? ਬਿਲਕੁਲ ਤੇ ਜਦੋਂ ਮੰਡੀਆਂ ਦੇ ਵਿੱਚ ਚੁੱਕੇ ਜਾਣੇ, ਵਪਾਰੀਆਂ ਨੇ ਆਪਣੇ ਸਟੋਰਾਂ ਦੇ ਵਿੱਚ ਸਾਰੇ ਪਿਆਜ਼ ਸਟੋਰ ਕਰ ਲੈਣਾ, ਫੇਰ ਸਾਡੇ ਇੱਥੇ 100-100 ਰੁਪਏ ਕਿਲੋ ਵੀ ਹੋ ਜਾਂਦੇ ਨੇ। ਬਿਲਕੁਲ ਇਹਨਾਂ ਦਾ ਮਤਲਬ ਸਾਰਾ ਜਿਹੜਾ ਮੁਨਾਫ਼ਾ ਉਹ ਵਪਾਰੀ ਕਮਾ ਰਿਹਾ, ਜਿਹਨੇ ਆਪਣੀ ਫਸਲ ਪੈਦਾ ਕਰਕੇ ਮੰਡੀਆਂ ਦੇ ਵਿੱਚ ਰਲਾਉਂਦੇ ਲਈ ਛੱਡਣੀ ਆ, ਫਿਰ ਉਹ ਕਿਸਾਨ ਤਾਂ ਧਰਨੇ ਪ੍ਰਦਰਸ਼ਨੀ ਕਰੂਗਾ, ਹੋਰ ਤਾਂ ਕੁਛ ਕਰ ਨਹੀਂ ਸਕਦਾ। ਪਿਛਲੇ ਸਾਲ ਖਬਰ ਆਈ ਸੀ ਇਹਨਾਂ ਦਿਨਾਂ ਦੇ ਵਿੱਚ ਕਿ ਇੱਕ ਕਿਸਾਨ ਨੂੰ 2 ਏਕੜ ਪਿਆਜ਼ ਦੀ ਫਸਲ ਵੇਚ ਕੇ ਜਦੋਂ ਉਹਨੇ ਸਾਰਾ ਹਿਸਾਬ ਲਾ ਕੇ ਦੱਸਿਆ ਤੇ ਉਹਨੇ ਚਿੱਠੀ ਵੀ ਪਾਈ ਸੀ ਪ੍ਰਧਾਨ ਮੰਤਰੀ, ਤੇ ਮੈਨੂੰ 1 ਰੁਪਇਆ ਬਚਿਆ ਜੀ, ਜੀ 2 ਖੇਤਾਂ ਮਗਰ ਉਹਨੂੰ 1 ਰੁਪਇਆ ਬਚਿਆ। ਹੁਣ ਦੱਸੋ ਤੇ ਉਹਦੇ ਵਾਲਾ ਪਿਆਜ਼ ਮੁੜ ਕੇ ਮਹਿੰਗਾ ਹੋ ਗਿਆ ਸੀ? ਬਿਲਕੁਲ ਤੇ ਜੇ ਨਾਸਿਕ ਦਾ ਜਿੰਨਾ ਪਿਆਜ਼ ਹੈ ਉਹ ਥੋੜਾ ਪੈਂਦਾ ਭਾਰਤ ਲਈ, ਇਹਨੂੰ ਫਿਰ ਪਾਕਿਸਤਾਨ ਤੋਂ ਹੀ ਮੰਗਵਾਉਣਾ ਪੈਂਦਾ। ਬਿਲਕੁਲ ਤੇ ਜੇ ਉਹਨੂੰ ਹੀ ਪ੍ਰੋਪਰ ਰੇਟ ਦਿੱਤਾ ਜਾਵੇ ਉੱਥੇ ਫਸਲ ਪੂਰੀ ਲਈ ਜਾਵੇ, ਜੀ ਪਰ ਨਹੀਂ, ਗੱਲ ਤਾਂ ਉਹੀ ਹੈ ਕਿ ਜਦੋਂ ਮੰਡੀ ਦੇ ਵਿੱਚ ਚੀਜ਼ ਆ ਜਾਂਦੀ ਆ, ਕੋਈ ਵੀ ਫਸਲ ਹੋਵੇ
ਚਾਹੇ ਸਾਡੇ ਇੱਧਰ ਨਰਮੇ ਬੈਲਟ ਵਿੱਚ ਨਰਮਾ ਹੀ ਹੋਵੇ, ਤੇ ਉਹ ਮੱਕੀ ਦੀ ਫਸਲ ਦੀ ਆਪਾਂ ਗੱਲ ਕਰ ਲਈਏ, ਹੋਰ ਵੀ ਜਿੰਨੀਆਂ ਫਸਲਾਂ ਜਿਹੜੀਆਂ ਸਰਕਾਰੀ ਰੇਟ ਤੈਅ ਨਹੀਂ ਕੀਤੇ ਜਾਂਦੇ, ਉਹਨਾਂ ਦੀ ਕੋਈ ਕੀਮਤ ਨਹੀਂ ਲਾਉਂਦਾ। ਜਿਵੇਂ ਆਪਾਂ ਆਲੂ ਦੀ ਫਸਲ ਦੀ ਗੱਲ ਕਰ ਲਈਏ, ਕਿਸੇ ਨੇ ਆਲੂ ਨਹੀਂ ਪੁੱਛਿਆ, ਤੇ ਜਦੋਂ ਹੁਣ ਬਹੁਤੇ ਕਿਸਾਨਾਂ ਨੇ ਆਲੂ ਵੇਚ ਦਿੱਤਾ ਤੇ ਕੌਡੀਆਂ ਦੇ ਭਾਅ ਰੱਖ ਕੇ, ਤੇ ਹੁਣ ਆਲੂ ਦਾ ਮਾੜਾ ਮਾੜਾ ਰੇਟ ਚੜ੍ਹਨਾ ਸ਼ੁਰੂ ਹੋ ਗਿਆ, ਤੇ ਜਿਹੜੇ ਕਿਸਾਨਾਂ ਦੇ ਕੋਲ ਹੈਗਾ ਉਹਨਾਂ ਨੇ ਫਟਾਫਟ ਵੇਚ ਦੇਣਾ, ਫਿਰ ਹੁਣ ਥੋੜਾ ਜਿਹਾ ਰੇਟ ਬਣ ਗਿਆ ਜੀ, ਵੇਚ ਦਿਓ ਖਤਮ, ਬਿਲਕੁਲ ਬਿਲਕੁਲ ਬਿਲਕੁਲ। ਤੇ ਉਹਨਾਂ ਨੇ ਫਿਰ ਥੋੜੀ ਜਿਹੀ ਕੀਮਤ ਤੇ ਲੈ ਕੇ ਤੇ ਫੇਰ ਜਿਹਨੇ ਆਲੂ ਸਟੋਰ ਕੀਤਾ ਵਪਾਰੀਆਂ ਨੇ, ਫੇਰ ਉਹਨਾਂ ਨੇ ਆਪਣੇ ਚੰਮ ਦੀਆਂ ਚਲਾਉਣੀਆਂ। ਕਹਿਣ ਦਾ ਮਤਲਬ ਕਿ ਪੂਰੇ ਰੇਟਾਂ ਤੇ ਅਸਲੀ ਮੁਨਾਫਾ ਜਿਹੜਾ ਉਹ ਵਪਾਰੀਆਂ ਨੇ। ਤੇ ਜਿਹੜੀ ਸਰਕਾਰ ਹੈ ਇਹ ਕਿਸੇ ਤੋਂ ਛੁਪਿਆ ਪਿਆ ਹੈ ਨੀ, ਕਿ ਇਹ ਕਾਰਪੋਰੇਟ ਘਰਾਣਿਆਂ ਦੀ ਵਪਾਰੀਆਂ ਦੀ ਸਰਕਾਰ ਹੈ ਜੀ, ਇਕੱਲੇ ਵਪਾਰੀਆਂ ਨੂੰ ਬਚਾ ਕੇ ਤਾਂ ਗੱਲ ਬਣਨੀ ਨੀ। ਤਾਂ ਜੇ ਅਸੀਂ ਬੇਸ ਦੇਖੀਏ, ਬੇਸ ਤਾਂ ਕਿਸਾਨੀ ਹੈ ਨਾ ਜੀ, ਜਿਹਨਾਂ ਕੋਲੋਂ ਵਪਾਰੀ ਚੀਜ਼ ਖਰੀਦਦਾ ਜੇ ਉਹੀ ਮਰ ਰਹੇ ਨੇ, ਵਪਾਰੀ ਨੇ ਕੱਲ ਨੂੰ ਚੀਜ਼ ਕਿੱਥੋਂ ਖਰੀਦਣੀ ਆ ਜੀ। ਇਹਨਾਂ ਨੂੰ ਅੱਜ ਕਿਸਾਨ ਦੀ ਕੋਈ ਪਰਵਾਹ ਹੈ ਨੀ, ਤੇ ਉਹ ਅੱਜ ਸੰਸਦ ਦਾ ਘਰਾਓ ਜਿਹੜਾ ਮੁੰਬਈ ਦੇ ਵਿੱਚ ਕਰਨ, ਤੇ ਕਿੱਡੀ ਬੇਸ਼ਰਮੀ ਦੀ ਗੱਲ ਆ ਕਿ ਬੀਜੇਪੀ ਦਾ ਇੱਕ ਬੁਲਾਰਾ ਕਹਿੰਦਾ ਸੀ ਕਿ ਜੀ ਇਹਦੇ ਵਿੱਚ ਬਹੁਤੇ ਕਿਸਾਨ ਨੀ ਹੈਗੇ, ਇਹਦੇ ਵਿੱਚ ਤਾਂ ਜਿਹੜੇ CPM ਵਾਲੇ ਨੇ, ਕਮਿਊਨਿਸਟ ਨੇ, ਉਹਨਾਂ ਨੇ ਰਲ ਕੇ ਇਹ ਸਾਰਾ ਇੱਕ ਧਰਨੇ ਪ੍ਰਦਰਸ਼ਨ ਦਾ ਇੱਕ ਢੋਂਗ ਰਚਿਆ ਜੀ, ਬਿਲਕੁਲ ਦੇਖੋ ਇੱਕ ਢੋਂਗ ਰਚਣ ਦੇ ਲਈ ਵੀ ਜੇ 25-30 ਹਜ਼ਾਰ ਬੰਦਾ ਕਿਤੇ ਇਕੱਠਾ ਹੋਇਆ ਤਾਂ ਉਹਦੀ ਗੱਲ ਤਾਂ ਸੁਣੋ ਤੁਸੀਂ। ਬਿਲਕੁਲ ਬਿਲਕੁਲ, ਮੈਨੂੰ ਲੱਗਦਾ ਕਿ ਕੋਈ ਚਿੰਤਾ ਵਾਲੀ ਗੱਲ ਇਹਨਾਂ ਨੂੰ ਲੱਗਦੀ ਨਹੀਂ ਹੈਗੀ, ਭਾਵੇਂ 30 ਹਜ਼ਾਰ ਦਾ ਇਕੱਠ ਵੀ ਹੋ ਗਿਆ। ਬਹੁਤ ਜ਼ਿਆਦਾ ਬੀਜੇਪੀ ਸਰਕਾਰ ਦਾ ਤੇ ਉਹਦਿਆਂ ਬੁਲਾਰਿਆਂ ਦਾ ਇੰਨਾ ਆਪਾਂ ਕਹਿੰਦੇ ਜੇ ਮਾਇੰਡ ਵਾਸ਼ ਹੋ ਚੁੱਕਾ, ਇੰਨਾ ਉਹਦੇ ਵਿੱਚ ਹੰਕਾਰ ਭਰ ਚੁੱਕਾ ਕਿ ਉਹ ਬੰਦੇ ਨੂੰ ਬੰਦਾ ਨਹੀਂ ਸਮਝਦੇ ਜੀ। ਜਿੱਥੇ ਮਹਾਰਾਸ਼ਟਰ ਵਰਗੀ ਸਟੇਟ ਦੇ ਵਿੱਚ ਕੋਈ ਕਮਿਊਨਿਸਟਾਂ ਨੂੰ ਕੋਈ ਬਹੁਤਾ ਪੁੱਛਦਾ ਹੈ ਨੀ, ਅੱਜ ਉਹਨਾਂ ਦੇ ਨਾਲ ਆਪਾਂ ਇੱਕ ਮਿੰਟ ਲਈ ਮੰਨ ਵੀ ਲਈਏ ਕਿ 25-30 ਹਜ਼ਾਰ ਬੰਦਾ ਰੋਡ ਭਰ ਕੇ ਪਿਛਲੇ 4 ਦਿਨਾਂ ਤੋਂ ਤੁਰਿਆ ਆ, ਤੇ ਉਹ ਉਹਨਾਂ ਦੇ ਨਾਲ ਏਡੇ ਕਿਉਂ ਲੋਕ ਤੁਰੇ, ਇਸ ਗੱਲ ਦਾ ਤੇ ਮੰਥਨ ਕਰਨਾ ਚਾਹੀਦਾ ਨਾ। ਬਿਲਕੁਲ ਬਿਲਕੁਲ ਬਿਲਕੁਲ, ਪਰ ਟੀਵੀ ਦੇ ਮੂਹਰੇ ਆ ਕੇ ਇਹ ਗੱਲ ਕਹਿ ਦਿੰਦੇ ਜੀ ਕਮਿਊਨਿਸਟਾਂ ਨੂੰ ਕੋਈ ਪੁੱਛਦਾ ਨੀ, ਉਹਨੇ ਮਾੜੀ ਜਿਹੀ ਗੇਮ ਜੀ ਬਣਾਈ ਹੋਈ ਆ ਇਹ ਸਰਕਾਰ ਨੂੰ ਬਦਨਾਮ ਕਰਨ ਦੀ। ਬਦਨਾਮ ਤਾਂ ਕਰੇ ਜੋ ਕੋਈ, ਵੀ ਜੇ ਤੁਸੀਂ ਵਧੀਆ ਕੰਮ ਕੀਤੇ ਹੋਣ, ਜੇ ਕਿਸਾਨਾਂ ਨੂੰ ਅਸਲ ਦੇ ਵਿੱਚ ਕੋਈ ਦੁੱਖ ਹੋਵੇ ਨਾ ਜੀ, ਇਹਦਾ ਦਿਲ ਕਰਦਾ ਕਿ ਨੰਗੇ ਪੈਰਾਂ ਦੇ ਨਾਲ 4 ਦਿਨ ਹੋ ਗਏ 1000 ਕਿਲੋਮੀਟਰ ਦੀ ਜਿਹੜੀ ਬਾਟ ਪੈਦਲ ਤੁਰ ਕੇ, ਭੁੱਖਣ ਭਾਣੇ ਕੋਈ ਬਹੁਤਾ ਉਹਨਾਂ ਕੋਲ ਰਹਿਣ ਸਹਿਣ ਦਾ ਵੀ ਕੋਈ ਜੁਗਾੜ ਹੈ ਨੀ, ਤੇ ਜਦੋਂ ਉਹ ਮੁੰਬਈ ਦੀ ਹੱਦ ਤੇ ਪਹੁੰਚੇ ਤੇ ਉੱਥੇ ਫਿਰ ਸਿੱਖਾਂ ਸਰਦਾਰਾਂ ਨੇ ਲੰਗਰ ਲਾਇਆ, ਤੇ ਜਿਹਨੂੰ ਕਿ ਕਮਿਊਨਿਸਟਾਂ ਨੇ ਆਪਣੇ ਪੇਜ ਦੇ ਉੱਤੇ ਆਪ ਫੋਟੋਆਂ ਪਾ ਕੇ ਸ਼ੇਅਰ ਕੀਤਾ ਕਿ ਸਿੱਖ ਭਾਈਚਾਰੇ ਨੇ ਸਾਡੀ ਮਦਦ ਕੀਤੀ ਜੀ। ਇੱਥੇ ਗੱਲ ਇੱਕ ਹੋਰ ਕਰਦੇ ਹਾਂ ਕਿ ਇਹ ਕਾਮ ਰੇਟਾਂ ਦੇ ਨਾਲ ਸਿੱਖਾਂ ਦੀ ਕਦੇ ਬਹੁਤੀ ਬਣੀ ਜੀ, ਪਰ ਸਾਡੇ ਗੁਰੂ ਦਾ ਇੱਕ ਸਿਧਾਂਤ ਹੈ ਕਿ ਲੰਗਰ ਜਿਹਨੂੰ ਲੋੜ ਹੋਵੇ ਅਸੀਂ ਛਕਾਉਣਾ, ਫਿਰ ਭਾਵੇਂ ਉਹ ਸਾਡਾ ਦੁਸ਼ਮਣ ਹੀ ਕਿਉਂ ਨਾ ਹੋਵੇ। ਬਿਲਕੁਲ ਬਿਲਕੁਲ ਬਿਲਕੁਲ, ਭਾਵੇਂ ਕਿ ਸਾਡੀ ਕੌਮ ਦੇ ਕੋਲ ਵੀ ਕੋਈ ਏਡੇ ਵੱਡੇ ਇਨਕਮ ਦੇ ਸੋਰਸ ਹੈ ਨੀ ਇਹਨਾਂ ਦੇ ਕੋਲ, ਪਰ ਇਹਨਾਂ ਦੇ ਕੋਲੋਂ ਮਹਾਰਾਜ ਨੇ ਬਖਸ਼ੇ ਹੋਏ ਪਤੀਲੇ ਹੈਗੇ ਨੇ, ਤੇ ਉਹਦੇ ਵਿੱਚ ਜਿਹੜੀ ਰਸ ਹੈ ਉਹ ਆਪਣੇ ਆਪ ਆ ਕੇ ਕਿਤੇ ਨਾ ਕਿਤੇ ਪੈ ਜਾਂਦੀ ਹੈ ਜੀ, ਜਦਕਿ ਸਰਕਾਰਾਂ ਨੂੰ ਬਾਂਹ ਫੜਨੀ ਚਾਹੀਦੀ ਸੀ। ਬਿਲਕੁਲ, ਜੇ ਏਡਾ ਵੱਡਾ ਇਕੱਠ ਹੋ ਗਿਆ ਤੇ ਕਿਤੇ ਨਾ ਕਿਤੇ ਉਹਨਾਂ ਦੇ ਰੋਟੀ ਪਾਣੀ ਦਾ ਜੁਗਾੜ ਕੀਤਾ ਜਾਂਦਾ, ਪਹਿਲੀ ਗੱਲ ਤਾਂ ਇਕੱਠ ਹੋਣ ਹੀ ਨਾ ਦਿੰਦੇ। ਐਸੀ ਗੱਲ ਸੀ ਜੇ ਉਹ ਕਿਤੇ ਨਾ ਕਿਸੇ ਕੌਂਸਟੀਚੁਐਂਸੀ ਜਦੋਂ ਬੰਦੇ ਉੱਠ ਕੇ ਆਏ ਹੋਣੇ ਨਾ, ਤੇ ਉਸ ਕੌਂਸੀ ਜਿੱਥੋਂ ਤੁਰਨਾ ਸੀ ਉੱਥੇ ਉਹਨਾਂ ਦੇ ਨਾਲ ਮੀਟਿੰਗ ਕੀਤੀ ਜਾਂਦੀ, ਤੁਹਾਨੂੰ ਦੱਸੋ ਕੀ ਦੁੱਖ ਹੈ ਜੀ, ਤੇ ਅਸੀਂ ਉਹਦਾ ਹੱਲ ਕਰਦੇ ਹਾਂ। ਪਰ ਇਸ ਸਰਕਾਰ ਤੋਂ ਹੱਲ ਹੋਣੇ ਨੀ, ਇਸ ਸਰਕਾਰ ਨੇ, ਬੀਜੇਪੀ ਦੀ ਸਰਕਾਰ ਨੇ, ਨਰਿੰਦਰ ਮੋਦੀ ਦੀ ਸਰਕਾਰ ਨੇ ਪੂਰੇ ਦੇਸ਼ ਦਾ ਦਿਵਾਲਾ ਕੱਢ ਕੇ ਰੱਖਤਾ ਜੀ। ਹੁਣ ਨਾਲ ਦੀ ਨਾਲ ਆਪਾਂ ਗੱਲ ਇਹ ਵੀ ਕਰ ਲੈਂਦੇ ਹਾਂ ਕਿ ਜਿਹੜਾ ਇੱਕ ਪੈਸੇ ਦਾ ਸਰਕੂਲੇਸ਼ਨ ਹੁੰਦਾ ਨਾ ਜੀ, ਜੇ ਉਹ ਚੱਲਦਾ ਰਹੇ ਫਿਰ ਵਧੀਆ ਜੀ, ਇੱਕ ਬੰਦੇ ਕੋਲੋਂ 10 ਰੁਪਏ ਕੋਈ ਦੂਜਾ ਲੈ ਗਿਆ, ਦੂਜੇ ਕੋਲੋਂ ਫਿਰ ਉਸੇ ਟਾਈਮ ਤੀਜਾ ਲੈ ਗਿਆ, ਸਾਰਿਆਂ ਦੇ ਕੋਲ ਪੈਸਾ ਘੁੰਮ ਕੇ ਫਿਰ ਪਹਿਲੇ ਕੋਲ ਆ ਜਾਂਦਾ ਤੇ ਉਹੀ ਘੁੰਮੀ ਜਾਂਦਾ। ਬਿਲਕੁਲ, ਉਹ ਤਾਂ ਜੇ ਪੈਸਾ ਮਾਰਕੀਟ ਦੇ ਵਿੱਚ ਹੋਵੇ ਜੀ। ਹੁਣ ਤਾਂ ਸਾਡੇ ਹਫਤੇ ਵਿੱਚ 2 ਵਾਰੀ ਦਾ ਖਬਰਾਂ ਇਹੋ ਆਉਂਦੀਆਂ ਨੇ ਕਿ ਫਲਾਣਾ ਪੈਸੇ ਲੈ ਕੇ ਭੱਜ ਗਿਆ ਜੀ, ਧਮਕਾਣਾ ਪੈਸੇ ਲੈ ਕੇ ਭੱਜ ਗਿਆ, ਤੇ ਆ ਚੰਡੀਗੜ੍ਹ ਦਾ ਇੱਕ ਮੈਨੇਜਰ ਵੀ 302 ਕਰੋੜ ਰੁਪਇਆ ਲੈ ਕੇ ਭੱਜ ਗਿਆ ਜੀ ਜੀ ਜੀ। ਤੇ ਜੇ ਇਹੋ ਜਿਹੇ ਪੈਸੇ ਵੀਡੀਓ ਪਾਉਣ ਵਾਲਾ 38,000 ਕਰੋੜ ਰੁਪਏ ਦੀ ਖਬਰ ਆ ਰਹੀ ਹੈ ਕਿ 38,000 ਕਰੋੜ ਰੁਪਇਆ ਲੈ ਕੇ ਭੱਜ ਗਿਆ, ਬਿਲਕੁਲ, ਤੇ 15,500 ਕਰੋੜ ਰੁਪਇਆ ਏਅਰਸੈਲ ਕੰਪਨੀ ਨੇ ਆਪਣੇ ਆਪ ਨੂੰ ਜਿਹੜਾ ਦਿਵਾਲੀਆ ਘੋਸ਼ਿਤ ਕਰਦਾ ਤੇ ਓਡ ਕਰ ਗਏ। ਬਿਲਕੁਲ, ਪਤਾ ਨੀ ਕਿੰਨੇ ਨੀਰਜ ਮੋਦੀ ਮਾਲੀਆ ਲਲਿਤ ਮੋਦੀ ਵਰਗੇ ਕਿੰਨੇ ਇੱਥੋਂ ਪੈਸੇ ਲੈ ਕੇ ਭੱਜ ਗਏ ਜੀ।
ਤੇ ਜੇ ਉਹ ਪੈਸਾ ਸਾਰਾ ਵਿਦੇਸ਼ਾਂ ਦੇ ਵਿੱਚ ਚਲੇ ਗਿਆ ਤੇ ਇੱਥੇ ਫਿਰ ਸਰਕੂਲੇਸ਼ਨ ਘੁੰਮਣਾ ਪੈਸੇ ਦਾ ਬੜਾ ਮੁਸ਼ਕਿਲ ਹੋ। ਬਿਲਕੁਲ ਕੋਈ ਸ਼ੱਕ ਨਹੀਂ ਹੈ। ਤੇ ਜਦੋਂ ਇਹ ਸਰਕੂਲੇਸ਼ਨ ਇੱਥੇ ਘੁੰਮਣਾ ਨਹੀਂ ਤਾਂ ਇੱਥੇ ਆਰਥਿਕ ਮੰਦਹਾਲੀ ਹੋਰ ਆਉਣੀ ਹੈ। ਅੱਜ ਕਿਸਾਨ ਧਰਨੇ ਲਾ ਰਹੇ ਨੇ, ਕੱਲ ਨੂੰ ਵਪਾਰੀਆਂ ਨੇ ਵੀ ਲਾਉਣੇ। ਬਿਲਕੁਲ ਸਿਰਫ ਅੱਜ ਦੀ ਡੇਟ ਦੇ ਵਿੱਚ ਜੇ ਕੋਈ ਐਸ਼ ਕਰ ਰਿਹਾ ਜਾਂ ਤਾਂ ਇੱਥੇ ਆਪਣੇ ਭਾਰਤ ਦੀ ਧਰਤੀ ਦੇ ਉੱਤੇ ਨੇਤਾ ਐਸ਼ ਕਰ ਰਹੇ ਨੇ ਜਾਂ ਬਾਬੇ ਕਰ ਰਹੇ ਨੇ। ਬਿਲਕੁਲ ਬਾਬਿਆਂ ਨੂੰ ਚੜਾਵੇ ਚੜੀ ਜਾ ਰਹੇ ਨੇ, ਨੇਤਾ ਕੁੰਡੀਆਂ ਵੀ ਮਰ ਜਾਂਦੇ ਨੇ, ਠੇਕਿਆਂ ਦੇ ਵਿੱਚੋਂ ਵੀ ਦਲਾਲੀਆਂ ਕਰੀ ਜਾਂਦੀ ਨੇ, ਸਾਰਾ ਇਹਦਾ ਖਰਚਾ ਪਾਣੀ ਵੀ ਫ੍ਰੀ ਹੁੰਦਾ ਤੇ ਵੋਟਾਂ ਦੇ ਵਿੱਚ ਵੀ ਇਹ ਗੁੰਡਾਗਰਦੀ ਸਰਕਾਰ ਦੇ ਤਰੱਕੀ ਕਰ ਰਹੇ। ਪਰ ਇਹ ਇਹਨਾਂ ਨੂੰ ਨੇਤਾਵਾਂ ਨੂੰ ਯਾਦ ਰੱਖਣਾ ਚਾਹੀਦਾ ਕਿ ਸਦਾ ਹੀ ਕੁਰਸੀ ਬਣੀ ਨਹੀਂ ਰਹਿੰਦੀ। ਜੀ ਜੇ ਕੱਲ ਨੂੰ ਕੋਈ ਹੋਰ ਇਸ ਕੁਰਸੀ ਤੇ ਆ ਗਿਆ ਤੇ ਤੁਹਾਡੇ ਕੀ ਹਾਲ ਹੋਊਗੇ, ਇਹ ਵੀ ਯਾਦ ਰੱਖਣਾ ਚਾਹੀਦਾ। ਤੇ ਬਾਬਿਆਂ ਨੂੰ ਬਹੁਤਾ ਸਿਰ ਚੜਾਉਣ ਦੀ ਵੀ ਲੋੜ ਨਹੀਂ ਹੁੰਦੀ, ਕਿਉਂਕਿ ਅੱਜ ਤੱਕ ਭਾਰਤ ਦੇ ਇਤਿਹਾਸ ਵਿੱਚ ਬਹੁਤੇ ਦੰਗੇ ਬਾਬਿਆਂ ਨੇ ਕਰਵਾਏ। ਬਿਲਕੁਲ ਜਦੋਂ ਬਾਬੇ ਸਿਰ ਚੜ ਜਾਂਦੇ ਨੇ ਫਿਰ ਇਹਨਾਂ ਦੇ ਲਈ ਜਵਾਬ ਦੇਣੇ ਔਖੇ ਹੋ ਜਾਂਦੇ, ਫਿਰ ਕਦੇ ਪੰਚਕੂਲਾ ਸੜਦਾ ਤੇ ਕਦੇ ਹਰਿਆਣੇ ਵਾਲੇ ਨੂੰ ਜਵਾਬ ਦੇਣਾ ਮੁਸ਼ਕਿਲ ਹੋ ਜਾਂਦਾ, ਪੰਜਾਬ ਦੀ ਪੁਲਿਸ ਨੂੰ ਤਾਂ ਫਿਰ ਹਨੀ ਪ੍ਰੀਤ ਨਹੀਂ ਲੱਭਦੀ। ਜੀ 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 ਬਿਲਕੁਲ ਬਿਲਕੁਲ ਬਹੁਤਾ ਬਾਬੇ ਨੂੰ ਅੱਜ ਰਾਮਦੇਵ ਨੂੰ ਬਿਲਕੁਲ ਸਿਰ ਤੇ ਚਾੜਿਆ ਹੋਇਆ, ਜਿਹਦਾ ਕਿ ਚੰਦਨ ਦੀ ਲੱਕੜੀ ਦੇ ਵਿੱਚ ਤਸਕਰੀ ਦੇ ਵਿੱਚ ਬਲੈਕਮੇਲਿੰਗ ਦੇ ਵਿੱਚ ਹੱਥ ਹੋਣ ਦੀਆਂ ਖ਼ਬਰਾਂ ਨਸ਼ਰ ਹੋ ਰਹੀਆਂ ਨੇ। ਜੀ ਦੂਜੇ ਪਾਸੇ ਰਵੀ ਸ਼ੰਕਰ ਸ਼੍ਰੀ ਸ਼੍ਰੀ ਇਹਦੇ ਮੇਰੇ ਦੋ ਵਾਰੀ ਡਬਲ ਸ਼੍ਰੀ ਲੱਗਦਾ ਜੀ, ਤੇ ਉਹਦੇ ਕਿਹੋ ਜਿਹੇ ਬਿਆਨ ਆ ਰਹੇ ਨੇ, ਉਹਦੇ ਪਰ ਕੇਸ ਵੀ ਵੈਸੇ ਕਹਿੰਦੇ ਦਰਜ ਹੋ ਗਿਆ। ਪਰ ਜੇ ਬਾਬਿਆਂ ਨੂੰ ਸਿਰ ਤੇ ਚੜਾ ਕੇ ਜਾਤੀਵਾਦ ਦੇ ਨਾਂ ਦੇ ਉੱਤੇ ਧਰਮ ਦੇ ਨਾਂ ਦੇ ਉੱਤੇ ਇੱਕ ਤਰ੍ਹਾਂ ਲੋਕਾਂ ਨੂੰ ਫਸਾ ਕੇ ਵੋਟਾਂ ਲੈ ਕੇ ਜਿਹੜੀ ਸਰਕਾਰ ਬਣੀ ਹੋਵੇ, ਫਿਰ ਉਹ ਕਿਸਾਨਾਂ ਬਾਰੇ ਨਹੀਂ ਸੋਚੂਗੀ। ਵਿਚਾਰੇ ਕਿਸਾਨ ਕਈ ਦਿਨਾਂ ਤੋਂ ਨਾਸਿਕ ਤੋਂ ਲੈ ਕੇ ਮੁੰਬਈ ਤੱਕ ਪੈਦਲ ਯਾਤਰਾ ਕਰ ਰਹੇ ਨੇ, ਸਰਕਾਰ ਦੇ ਕੰਨ ਤੇ ਜੂੰ ਨਹੀਂ ਸਰਕੀ। ਤੇ ਆਉਣ ਵਾਲੇ ਦਿਨਾਂ ਦੇ ਵਿੱਚ ਕਿਸਾਨਾਂ ਦੇ ਹੋਰ ਵੀ ਵੱਡੀਆਂ ਜਥੇਬੰਦੀਆਂ ਇਹ ਪ੍ਰਦਰਸ਼ਨ ਕਰ ਸਕਦੀਆਂ ਨੇ, ਪਰ ਉਸ ਪ੍ਰਦਰਸ਼ਨ ਤੋਂ ਨਾਸਿਕ ਵਾਸਤੋਂ ਪੰਜਾਬ ਦੀਆਂ ਕਿਸਾਨ ਜਥੇਬੰਦੀਆਂ ਨੂੰ ਇੱਕ ਸੇਧ ਲੈਣ ਦੀ ਜ਼ਰੂਰਤ ਹੈਗੀ ਹੈ। ਜੀ ਜੀ ਬਿਲਕੁਲ ਬਿਲਕੁਲ, ਇਹ ਤਾਂ ਵੱਡੀਆਂ ਬਹੁਤ ਜ਼ਿਆਦਾ ਇਹਨਾਂ ਦੇ ਵਿੱਚ ਇੰਨੀਆਂ ਜ਼ਿਆਦਾ ਖੁਦ ਦੇ ਵਿੱਚ ਵੰਡੀਆਂ ਪਈਆਂ ਹੋਈਆਂ ਨੇ, ਜਿਹਦੇ ਅੱਗੇ ਆ ਲੋਕ ਦਥੀਆਂ ਨੋਟਾਂ ਦੀਆਂ ਸੁੱਟ ਦਿੰਦੇ ਨੇ, ਉਹੀ ਚੁੱਪ ਕਰਕੇ ਬੈਠ ਜਾਂਦੇ ਆ। ਸਭ ਤੋਂ ਵੱਡੀ ਗੱਲ ਤਾਂ ਇਹ ਹੈ ਪੰਜਾਬ ਦੀਆਂ ਜਥੇਬੰਦੀਆਂ। ਦੇਖੋ ਪੰਜਾਬ ਦੀਆਂ ਜਥੇਬੰਦੀਆਂ ਜਿਹੜੀਆਂ ਕਿਸਾਨਾਂ ਦੀਆਂ ਜਥੇਬੰਦੀਆਂ ਨਾ, ਉਹਨਾਂ ਦੇ ਉੱਤੇ ਅੱਜ ਵੀ ਨੀਲਾ ਰੰਗ ਚੜਿਆ ਹੋਇਆ। ਬਿਲਕੁਲ ਬਿਲਕੁਲ, ਤੇ ਉਹ ਸਰਕਾਰ ਦੇ ਸਿਰਫ ਤੇ ਸਿਰਫ ਖਿਲਾਫਤ ਇਸ ਕਰਕੇ ਕਰ ਰਹੇ ਨੇ ਕਿ ਇਹ ਅੱਜ ਕਾਂਗਰਸ ਦੀ ਸਰਕਾਰ ਹੈ। ਬਿਲਕੁਲ, ਮੁੱਦਿਆਂ ਤੋਂ ਲੋਕਾਂ ਨੂੰ ਭਟਕਾਇਆ ਜਾ ਰਿਹਾ, ਕਿਸਾਨਾਂ ਦੀਆਂ ਭਾਵਨਾਵਾਂ ਨੂੰ ਮਿਸਯੂਜ਼ ਕੀਤਾ ਜਾ ਰਿਹਾ ਜੀ। ਤੇ ਜਦੋਂ ਤੱਕ ਇਹਨਾਂ ਜਥੇਬੰਦੀਆਂ ਦੇ ਉੱਤੇ ਸਿਆਸੀ ਰੰਗ ਚੜਿਆ ਰਹਿਣਾ, ਕਿਸਾਨਾਂ ਦਾ ਕੁਛ ਨਹੀਂ ਬਣਨਾ। ਕੋਈ ਕਿਸਾਨ ਵਧੀਆ ਆਗੂ ਹੋਰ ਅੱਗੇ ਆਉਣ ਤੇ ਉਹ ਇਹਨਾਂ ਤੋਂ ਸੇਧ ਲੈਣ, ਭਾਵੇਂ ਉਹ ਕਾਮਰੇਡ ਨੇ ਭਾਵੇਂ ਕੋਈ ਨੇ, ਤੁਰੇ ਹੋਏ ਨੇ, ਜੇ ਹੱਕਾਂ ਦੀ ਖਾਤਰ ਕਿਵੇਂ ਲੜਨਾ। ਉਹ ਇੱਕ ਨਵਾਂ ਰੋਡ ਮੈਪ ਬਣਾ ਕੇ ਆਪਣੇ ਨਵੇਂ ਪ੍ਰੋਗਰਾਮ ਉਲੀਕਣ, ਇਹਨਾਂ ਤੋਂ ਰਾਜੇਵਾਲ ਤੋਂ ਗਰੇਵਾਲ ਤੋਂ ਆਪਣੇ ਹੋ ਗਿਆ ਜੀ ਲੱਖੋਵਾਲ ਤੋਂ ਖਹਿੜਾ ਨੀ ਕਿਸਾਨਾਂ ਦਾ ਛੁੱਟਦਾ ਨਾ। ਮੇਰਾ ਖਿਆਲ ਕੁਛ ਨੀ ਹੋਣਾ, ਮੇਰਾ ਖਿਆਲ ਸਰਕਾਰਾਂ ਕੁਛ ਨੀ ਕਰੂਗੀਆਂ। ਤੇ ਉਹ ਜਿਹੜੀ ਪਹਿਲਾਂ ਗੱਲ ਕਹੀ ਹੈ ਕਿ ਕਿਤੇ ਲਾਠੀਚਾਰਜ ਹੀ ਨਾ ਹੋ ਜਾਏ ਕਿਸਾਨਾਂ ਤੇ, ਵਿਚਾਰੇ ਭੁੱਖ ਨਾਲ ਤਾਂ ਪਹਿਲੇ ਹੀ ਮਰੇ ਹੋਏ ਨੇ, ਹੋਰ ਨਾ ਸੱਟ ਫਿਰ ਲੱਗੇ, ਪਰਮਾਤਮਾ ਕਿਰਪਾ ਕਰੇ ਜੀ। ਜੀ ਜੀ ਬਿਲਕੁਲ ਬਿਲਕੁਲ ਬਿਲਕੁਲ, ਕੰਗ ਸਾਹਿਬ ਗੱਲ ਫੇਰ ਇਹੀ ਆਉਂਦੀ ਹੈ ਕਿ ਕਿਸਾਨ ਨੂੰ ਮਾਰ ਜਿਹੜੀ ਆ ਉਹ ਕਿੱਥੋਂ ਪੈਂਦੀ ਹੈ। ਇਹੋ ਜਿਹੀਆਂ ਜਿਹੜੀਆਂ ਕੁਝ ਜਥੇਬੰਦੀਆਂ ਨੇ ਜਿਹੜੀਆਂ ਅੰਦਰ ਖਾਤੇ ਭੋਲੇ ਭਾਲੇ ਕਿਸਾਨਾਂ ਨੂੰ ਉਹ ਵੀ ਯੂਜ਼ ਕਰ ਰਹੀਆਂ ਨੇ, ਕਿਸਾਨ ਨੂੰ ਇੱਕ ਬੰਦਾ ਯੂਜ਼ ਨਹੀਂ ਕਰ ਰਿਹਾ, ਕਿਸਾਨ ਨੂੰ ਸਰਕਾਰਾਂ ਵੀ ਯੂਜ਼ ਕਰ ਰਹੀਆਂ ਨੇ, ਕਿਸਾਨ ਨੂੰ ਜਥੇਬੰਦੀਆਂ ਵੀ ਜਿਹੜੀਆਂ ਨੇ ਉਹ ਯੂਜ਼ ਕਰ ਰਹੀਆਂ ਨੇ। ਆ ਪਿਛਲੇ ਦਿਨਾਂ ਦੇ ਵਿੱਚ ਇੱਕ ਖਬਰ ਆਈ ਸੀਗੀ ਸਾਡੇ ਦੇਸ਼ ਦੇ ਵਿੱਚ, ਜੇ ਭਾਰਤ ਦੇਸ਼ ਦੀ ਗੱਲ ਕਰੀ ਜਾਈਏ ਤਾਂ ਅਨਾਜ ਦੇ ਖੋਣੋਂ ਭੁੱਖਮਰੀ ਦੇ ਕੁਝ ਅੰਕੜੇ ਆਏ ਨੇ, ਜਿੱਥੇ ਕੁਝ ਅਨਾਜ ਭੰਡਾਰਾਂ ਦੇ ਵਿੱਚ ਜਿਹੜਾ ਦਾਣਾ ਹੈ ਉਹ ਰੁਲ ਰਿਹਾ ਤੇ ਪਰ ਅੱਗੋਂ ਖਰੀਦਣ ਦੀਆਂ ਤਿਆਰੀਆਂ ਜਿਹੜੀਆਂ ਨੇ ਉਹ ਚੱਲ ਰਹੀਆਂ ਨੇ। ਸੋ ਇੱਕ ਵੱਡਾ ਸਵਾਲ ਹੈ ਸਾਡੇ ਸਾਹਮਣੇ ਕਿ ਜਿਹੜਾ ਗਲ ਸੜ ਰਿਹਾ, ਸਾਡੇ ਤਾਂ ਇੰਨੀ ਹਿੰਮਤ ਨਹੀਂ ਕਿ ਗਲ ਸੜ ਗਿਆ, ਕੁਝ ਅਧਿਕਾਰੀਆਂ ਦੀਆਂ ਗਲਤੀਆਂ ਨੇ, ਉਹਨਾਂ ਨੇ ਭਾਰ ਵਧਾਉਣ ਦੇ ਲਈ ਉਹਨਾਂ ਤੇ ਪਾਣੀ ਦੇ ਛਿੜਕਾ ਛੜਕੂ ਮਾਰੇ ਨੇ, ਪਰ ਫਿਰ ਵੀ ਕਿਸੇ ਦੇ ਖਾਣ ਲਾਇਕ ਤਾਂ ਉਹ ਤੁਸੀਂ ਵੰਡ ਦਿਓ। ਜੇ ਤੁਹਾਡੇ ਕੋਲ ਗਲ ਸੜ ਰਿਹਾ, ਗਲ ਸੜਨ ਦੇ ਨਾਲੋਂ ਤਾਂ ਚੰਗਾ ਕਿ ਤੁਸੀਂ ਦੇ ਦਿਓ ਕਿਸੇ ਨੂੰ, ਪਰ ਨਹੀਂ, ਸਾਡੀਆਂ ਸਰਕਾਰਾਂ ਕਦੀ ਇਹੋ ਜਿਹਾ ਕਦਮ ਨਹੀਂ ਚੱਕਦੀਆਂ। ਦੇਖੋ ਜੀ, ਪਹਿਲੀ ਗੱਲ ਤਾਂ ਆਪਾਂ ਇਹ ਡਿਸਕਸ ਕਰੀਏ ਕਿ ਸਰਕਾਰਾਂ ਅਨਾਜ ਖਰੀਦੀਆਂ ਕਿਉਂ। ਬਿਲਕੁਲ, ਸਰਕਾਰੀ ਰੇਟ ਦੇ ਉੱਤੇ ਜਿਹੜਾ ਕਣਕ ਦਾ ਜਾਂ ਝੋਨਾ ਜਿਹਦਾ ਖਰੀਦ ਹੁੰਦਾ ਨਾ, ਉਹ ਇਹਨਾਂ ਦੀ ਤਰਜੀਹ ਦੇ ਆਧਾਰ ਤੇ ਪਹਿਲਾਂ ਜਨਤਾ ਨੂੰ ਹੁੰਦਾ ਕਿ ਕਿਤੇ ਵੀ ਭੁੱਖਮਰੀ ਕਿਤੇ ਵੀ ਕਾਲ ਪੈਂਦਾ ਤੇ ਉੱਥੇ ਸਰਕਾਰ ਤੇ ਐਟ ਅ ਟਾਈਮ ਇਹ ਚੱਕ ਕੇ ਗੋਦਾਮਾਂ ਦੇ ਵਿੱਚੋਂ ਆਪਣੇ ਸਟੋਰਾਂ ਦੇ ਵਿੱਚੋਂ ਇਹ ਜਿਹੜਾ ਵੀ ਖਾਣ ਯੋਗ ਜਿਹੜੀਆਂ ਚੀਜ਼ਾਂ ਉੱਥੇ ਪਹੁੰਚਾ ਦੇਵੇ। ਜੀ
ਹੁਣ ਆਪਾਂ ਕਿੰਨੀਆਂ ਸਟੇਟਾਂ ਗਿਣ ਸਕਦੇ ਹਾਂ ਜਿਨ੍ਹਾਂ ਵਿੱਚ ਮਹਾਰਾਸ਼ਟਰ ਵੀ ਆਉਂਦੀ ਹੈ, ਉਹਦੇ ਬਹੁਤ ਸਾਰੇ ਹਿੱਸੇ, ਤੇ ਉੜੀਸਾ ਦੇ ਹਿੱਸੇ, ਇੱਥੋਂ ਤੱਕ ਕਿ ਆਪਾਂ ਮੱਧ ਪ੍ਰਦੇਸ਼ ਦੀ ਗੱਲ ਕਰ ਲਈਏ, ਹੋਰ ਵੀ ਕਈ ਸਟੇਟਾਂ ਨੇ ਜਿੱਥੇ ਭੁੱਖਮਰੀ ਬਿਹਾਰ ਦੇ ਵਿੱਚ ਵੀ, ਯੂਪੀ ਦੇ ਵਿੱਚ ਵੀ ਕਈ ਸਟੇਟਾਂ ਵਿੱਚ ਬਹੁਤ ਪਈ ਹੋਈ ਹੈ, ਜਿੱਥੇ ਲੋਕ ਇੱਕ ਤਰ੍ਹਾਂ ਭੁੱਖ ਨਾਲ ਮਰ ਰਹੇ ਨੇ। ਤੁਸੀਂ ਦੇਖਿਆ ਸੀ ਕਿ ਪਿੱਛੇ ਜਿਹੇ ਇੱਕ ਲੇਡੀਜ਼ ਦਾ ਬਿਆਨ ਆਇਆ ਸੀ ਕਿ ਮੇਰੀ ਕੁੜੀ ਭੁੱਖ ਦੇ ਤੋੜੇ ਮਰ ਗਈ, ਪਰ ਇਹ ਕਹਿੰਦੇ ਜੀ ਅਨਾਜ ਤੁਹਾਡੇ ਕੋਲ ਆਧਾਰ ਕਾਰਡ ਨਹੀਂ ਹੈਗਾ। ਬਿਲਕੁਲ ਬਿਲਕੁਲ, ਆਪਾਂ ਗੱਲ ਕੀਤੀ, ਤੁਹਾਨੂੰ ਅਨਾਜ ਨਹੀਂ ਮਿਲਦਾ। ਜੀ ਜੀ, ਜੇ ਇਹੋ ਜਿਹੀਆਂ ਸਥਿਤੀਆਂ ਹੈਗੀਆਂ ਨੇ ਆਧਾਰ ਕਾਰਡਾਂ ਦੀ, ਉੱਥੇ ਭੁੱਖ ਮੋਰੇ ਕੀ ਲੋੜ? ਪਹਿਲਾਂ ਤੁਸੀਂ ਅਗਲੇ ਪੇਟ 'ਚ ਦਾਣੇ ਤਾਂ ਪਾਓ ਨਾ। ਬਿਲਕੁਲ, ਆਧਾਰ ਕਾਰਡ ਤਾਂ ਜੇ ਬੰਦਾ ਜੀਂਦਾ ਹੋਊਗਾ ਤਾਂ ਬਣ ਜਾਊਗਾ, ਜੇ ਮਰ ਗਿਆ ਫਿਰ ਤਾਂ ਉਹਦਾ ਫਿਰ ਡੈਥ ਸਰਟੀਫਿਕੇਟ ਹੀ ਬਣਨਾ। ਜੀ ਜੀ ਬਿਲਕੁਲ, ਜੇ ਅਸੀਂ ਆਪਣੇ ਦੇਸ਼ ਦੇ ਬੱਚਿਆਂ ਨੂੰ ਵੀ ਨਹੀਂ ਬਚਾ ਸਕਦੇ, ਇਹੋ ਜਿਹੀ ਸਰਕਾਰ ਨੂੰ ਹੁਣ ਅਸੀਂ ਕਰਨਾ ਕੀ ਆ? ਬਿਲਕੁਲ, ਇੱਕ ਪਾਸੇ ਸਾਡੇ ਲੋਕ, ਸਾਡੇ ਦੇਸ਼ ਦੀਆਂ ਸਟੇਟਾਂ ਦੇ ਲੋਕ ਭੁੱਖ ਨਾਲ ਮਰ ਰਹੇ ਨੇ, ਜੀ, ਦੂਜੇ ਪਾਸੇ ਸਾਡੇ ਅਨਾਜ ਭੰਡਾਰਾਂ ਦੇ ਵਿੱਚ ਅਨਾਜ ਸੜ ਰਿਹਾ ਜੀ। ਕੀ ਕੰਮ ਕੀ ਆ? ਸਾਡੇ ਕੋਲ ਇੰਨੀ ਸਰਕਾਰੀ ਟਰਾਂਸਪੋਰਟ ਹੈ, ਇੱਥੋਂ ਚੱਕ ਕੇ ਸਮਾਨ ਉੱਥੇ ਪਹੁੰਚਾਉਣਾ ਹੀ ਆ ਨਾ। ਬਿਲਕੁਲ ਬਿਲਕੁਲ, ਜੇ ਅਸੀਂ ਆਪਣੇ ਲੋਕਾਂ ਨੂੰ ਵੀ ਨਹੀਂ ਬਚਾ ਸਕਦੇ, ਹੋਰ ਅਸੀਂ ਫਿਰ ਜਾ ਕੇ ਕਹਿੰਦੇ ਜੀ ਮਿਆਂਮਾਰ ਨੂੰ ਅਸੀਂ 1,000 ਡਾਲਰ ਦਿੱਤਾ ਜੀ, ਅਸੀਂ ਨੇਪਾਲ ਨੂੰ 200 ਡਾਲਰ ਦਿੱਤਾ, 2,000,00,000 ਡਾਲਰ ਦਿੱਤਾ, ਇੰਨੇ ਪਤਾ ਨੀ ਕਿੰਨੇ, ਹੁਣ ਤਾਂ ਸਾਨੂੰ ਤਾਂ ਜੀਰੋਆਂ ਵੀ ਗਿੰਨੀਆਂ ਬਾਜੀ ਵੇਲੇ ਭੁੱਲ ਜਾਂਦੀਆਂ ਵੀ ਜਿੰਨੇ ਕਿ ਗੁਆਂਢੀ ਦੇਸ਼ਾਂ ਨੂੰ ਦੇ ਰਹੇ ਨੇ, ਆਪਣੇ ਦੇਸ਼ ਦੇ ਲੋਕ ਭੁੱਖੇ ਮਰ ਰਹੇ ਨੇ। ਜੇ ਇੱਕ ਇਹ ਵੀ ਸਰਕੂਲੇਸ਼ਨ ਹੈ ਜੀ, ਅਨਾਜ ਭੰਡਾਰ ਸਮੇਂ ਸਿਰ ਸਹੀ ਥਾਂ ਤੇ ਪਹੁੰਚਾਇਆ ਜਾਵੇ, ਨਾ ਤਾਂ ਅਨਾਜ ਜੇ ਗਲਣਾ ਮਰਨਾ ਸੜਨਾ, ਤੇ ਨਾ ਲੋਕ ਮਰੂਗੇ। ਫਿਰ ਲੋਕ ਭੁੱਖੇ ਮਰ ਰਹੇ ਨੇ, ਅਨਾਜ ਸੜ ਰਹੇ ਨੇ, ਇਹਦਾ ਮਤਲਬ ਸਰਕਾਰ ਕੁਛ ਕਰ ਨਹੀਂ ਰਹੀ ਜੀ। ਜਦੋਂ ਕਾਂਗਰਸ ਦੀ ਸਰਕਾਰ ਸੀ, ਲਾਲੂ ਪ੍ਰਸ਼ਾਦ ਯਾਦਵ ਦਾ ਇੱਕ ਬਿਆਨ ਆਇਆ ਸੀ ਕਿ ਜੀ ਸਰਕਾਰ ਨੇ ਲਿਖ ਕੇ ਦੇ ਦਿੱਤਾ ਵੀ ਜੀ ਇੰਨੇ ਜਿਹੜੇ ਆ ਗੋਦਾਮਾਂ ਦੇ ਵਿੱਚ ਕਣਕ ਸੜ ਗਈ ਤੇ ਉਹ ਖਰਾਬ ਹੋ ਗਈ, ਉਹ ਘਾਟਾ ਪੈ ਗਿਆ ਤੇ ਖਤਮ ਹੋ ਗਿਆ ਕੰਮ। ਕਹਿੰਦਾ ਸੜੀ ਨੀ ਹੈ, ਉਹ ਸਾੜਤਾ ਗਿਆ ਪਾਣੀ ਪਾਸੇ ਵਿੱਚ, ਉਹ ਬਾਅਦ ਵਿੱਚ ਜਦੋਂ ਥੋੜੀ ਜਿਹੀ ਸਮੈਲ ਜੀ ਮਾਰਨ ਲੱਗ ਪੈਂਦੀ ਆ ਤਾਂ ਫਿਰ ਉਹ ਜਿਹੜੀਆਂ ਵੀਰ ਬਣਾਉਂਦੀਆਂ ਕੰਪਨੀਆਂ ਫਿਰ ਉਹਨਾਂ ਨੂੰ ਵੇਚ ਦਿੱਤੀ ਆ। ਜੀ ਜੀ ਬਿਲਕੁਲ ਬਿਲਕੁਲ, ਮੁਨਾਫਾ ਵੀ ਖੱਟ ਲਿਆ ਜਾਂਦਾ, ਲਾਲੂ ਪ੍ਰਸ਼ਾਦ ਯਾਦਵ ਦਾ ਬਿਆਨ ਸੀ, ਮੁਨਾਫਾ ਵੀ ਖੱਟ ਲਿਆ ਜਾਂਦਾ ਤੇ ਵੇਚ ਵੀ ਤਾਂ ਜਾਂਦਾ ਤੇ ਘਾਟਾ ਦੇ ਪੇਪਰਾਂ ਦੇ ਵਿੱਚ ਘਾਟਾ ਦਿਖਾਲਦਾ ਜਾਂਦਾ ਕਿ ਚੀਜ਼ ਖਰਾਬ ਹੋਊਗੀ। ਇਹ ਚੀਜ਼ ਖਰਾਬ ਹੁੰਦੀ ਨੀ, ਚੀਜ਼ ਖਰਾਬ ਕੀਤੀ ਜਾਂਦੀ ਹੈ ਸਿਰਫ ਇਸੇ ਕਰਕੇ ਕਿ ਸਾਡੀਆਂ ਜੇਬਾਂ ਦੇ ਵਿੱਚ 2 ਨੰਬਰ ਦਾ ਪੈਸਾ ਕਿਸੇ ਨਾ ਕਿਸੇ ਤਰੀਕੇ ਪੈ ਜਾਵੇ, ਲੋਕ ਭੁੱਖੇ ਮਰਦੇ ਆ ਤਾਂ ਮਰ ਜੀ। ਬਿਲਕੁਲ, ਇਹ ਸਰਕਾਰਾਂ ਦੀਆਂ ਬਹੁਤ ਗਲਤ ਨੀਤੀਆਂ, ਮਾੜੀਆਂ ਨੀਤਾਂ ਜਾਂ ਕਹਿ ਲਓ ਵੀ ਉਹ, ਫਿਰ ਆਪਾਂ ਉਹ ਗੱਲ ਕਰਦੇ ਕਿ ਚੋਰਾਂ ਦੀ ਸਰਕਾਰ, ਇੱਕ ਤਰੀਕੇ ਨਾਲ ਚੋਰ ਮੋਰੀਆਂ ਲੱਭ ਰਹੀ ਆ ਕਿ ਅਸੀਂ, ਸਾਨੂੰ ਲੋਕਾਂ ਦੀ ਕੋਈ ਪਰਵਾਹ ਨੀ। ਜੇ ਅੱਜ ਲੋਕਾਂ ਦੀ ਪਰਵਾਹ ਕੀਤੀ ਹੁੰਦੀ, ਨਾ ਕਿਸਾਨ ਪ੍ਰਦਰਸ਼ਨ ਕਰਦੇ, ਨਾ ਲੋਕ ਭੁੱਖੇ ਮਰਦੇ, ਤੇ ਨਾ ਭੰਡਾਰ ਅਨਾਜ ਭੰਡਾਰ ਦੇ ਵਿੱਚ ਅਨਾਜ ਸੜਦਾ। ਪਰ ਸਰਕਾਰਾਂ ਨੇ ਕਦੇ ਆਮ ਲੋਕਾਂ ਬਾਰੇ ਨੀ ਸੋਚਿਆ, ਸਿਰਫ ਆਪਣੀਆਂ ਜੇਬਾਂ ਦੇ ਵਿੱਚ ਹੀ ਜਿਹੜੇ ਆ ਉਹ ਪੈਸੇ ਪਾਉਣ ਲਈ ਸੋਚਿਆ। ਜੀ ਜੀ ਬਿਲਕੁਲ ਬਿਲਕੁਲ, ਸੋ ਗੱਲ ਇਹ ਹੈ ਕਿ ਜੇ ਸਾਡੇ ਕੋਲ ਸਾਂਭ ਸੰਭਾਲ ਦਾ ਪ੍ਰਬੰਧ ਨਹੀਂ ਹੈਗਾ ਤਾਂ ਫਿਰ ਸਾਨੂੰ ਖਰੀਦਣ ਦੀ ਵੀ ਕੀ ਜ਼ਰੂਰਤ ਹੈ? ਜਿਉਂ ਕਿਉਂ ਹਰ ਵਾਰ ਜਿਹੜੀ ਉਹ ਚੀਜ਼ ਖਰਾਬ ਹੁੰਦੀ ਆ, ਜਦੋਂ ਸਾਡੇ ਕੋਲ ਪ੍ਰਬੰਧ ਹੀ ਨਹੀਂ ਹੈਗਾ ਤਾਂ ਉਸ ਚੀਜ਼ ਨੂੰ ਖਰੀਦਿਆ ਹੀ ਜਿਹੜਾ ਉਹ ਨਾ ਜਾਏ, ਕਿਉਂਕਿ ਕਿਸਾਨ, ਤੁਸੀਂ ਕਾਲ ਪੈਣ ਦੀ ਗੱਲ ਕਰਦੇ ਹੋ ਕਿ ਜੇ ਕਿਤੇ ਕਾਲ ਪੈ ਜੇ ਤਾਂ ਤੁਰੰਤ ਜਿਹੜਾ ਉਹ ਘਾਟਾ ਜਿਹੜਾ ਪੂਰਾ ਕੀਤਾ ਜਾਏ ਅਨਾਜ ਦਾ, ਤਾਂ ਕਾਲ ਤਾਂ ਪਿਆ ਹੋਇਆ, ਇਸ ਤੋਂ ਅੱਗੇ ਹੋਰ ਕੀ ਚਿੱਤੇ ਚਾਨਣਾ? ਮੇਰਾ ਖਿਆਲ ਹੈ ਕਿ ਜੀ ਆਪਾਂ ਜੇ ਅਮਰੀਕਾ ਦੀ ਗੱਲ ਕਰੀਏ ਨਾ, ਅਮਰੀਕਾ ਨੇ ਆਪਣੇ ਕਿਸਾਨਾਂ ਨੂੰ ਪਹਿਲਾਂ ਦੱਸ ਦੇਣਾ ਹੁੰਦਾ ਕਿ ਤੁਸੀਂ ਇਸ ਸਾਲ ਕਿਹੜੀਆਂ ਕਿਹੜੀਆਂ ਤੇ ਕਿੰਨੀਆਂ ਕਿੰਨੀਆਂ ਫਸਲਾਂ ਬੀਜਣੀਆਂ। ਜੀ ਬਿਲਕੁਲ, ਅਸੀਂ ਕਿੰਨੀਆਂ ਤੁਹਾਡੇ ਕੋਲੋਂ ਕਿਹੜੀਆਂ ਫਸਲਾਂ ਖਰੀਦਣੀਆਂ। ਬਿਲਕੁਲ, ਤੇ ਜੇ ਸਰਕਾਰ ਕੋਈ ਵੱਧ ਘੱਟ ਅੰਕੜੇ ਪੇਸ਼ ਹੋ ਜਾਣ ਜਾਂ ਬੰਪਰ ਪੈਦਾਵਾਰ ਫਸਲ ਦੀ ਹੋ ਜੇ, ਵੀ ਇੱਕ ਖੇਤ ਦੇ ਵਿੱਚੋਂ ਜਿਵੇਂ ਆਪਾਂ ਕਹਿ ਦਈਏ ਕਿ 20 ਕੁਇੰਟਲ ਕਣਕ ਨਿਕਲਦੀ ਆ, ਉਸ ਸਾਲ ਮੌਸਮ ਵਧੀਆ ਹੋ ਕੇ 25 ਕੁਇੰਟਲ ਨਿਕਲਦੀ ਤੇ ਸਰਕਾਰ ਨੇ 19 ਖੇਤਾਂ ਦੀ ਖਰੀਦਣੀ ਤਾਂ ਹੁੰਦੀ ਆ, ਤੇ ਉਹ ਵਾਧੂ ਫਸਲ ਨੂੰ ਚੱਕ ਕੇ ਭਾਵੇਂ ਫਿਰ ਸਮੁੰਦਰ ਕੱਢਣ, ਕਹਿੰਦੀ ਚਲੋ ਮੱਛੀ ਖਾ ਲਓਗੀ ਤੇ ਮੱਛੀ ਵੀ ਆਪਾਂ ਪਾਲਣੀ ਹੁੰਦੀ ਆ। ਜੀ ਜੀ ਬਿਲਕੁਲ, ਪਰ ਸਰਕਾਰ ਨੇ 19 ਫਸਲ ਖਰੀਦਣੀ ਹੁੰਦੀ ਆ ਤੇ ਲੋਕਾਂ ਦੇ ਪੈਸੇ ਉਹਨਾਂ ਦੇ ਅਕਾਊਂਟ 'ਚ ਪਾਣੇ ਹੁੰਦੇ ਆ। ਜੀ, ਪਰ ਸਾਡੇ ਤਾਂ ਕੋਈ ਇਹੋ ਜਿਹਾ ਸਿਸਟਮ ਹੀ ਨਹੀਂ ਬਣਿਆ ਵੀ ਕਿੰਨੀ ਫਸਲ ਬੀਜਣੀ, ਉਹ ਕਹਿੰਦੀ ਜਿੰਨੀ ਬੀਜਣੀ ਬੀਜ ਲਓ, ਚੱਕਣੀ ਹੋਈ ਚੱਕ ਲਾਂਗੇ, ਨਹੀਂ ਤਾਂ ਨਾ ਅਸੀਂ ਗਲ ਜੂ ਜਾਂ ਫਿਰ ਤੁਸੀਂ ਸਸਤੇ ਰੇਟਾਂ ਤੇ ਵੇਚ ਦਿਓ। ਜੀ, ਤੇ ਇਹ ਚੱਕਰ ਜਿਹੜਾ, ਕਿਉਂਕਿ ਸਰਕਾਰਾਂ ਕੁਛ ਕਰ ਨਹੀਂ ਰਹੀਆਂ, ਇਹਨਾਂ ਦੇ ਕੋਲ ਦੂਰ ਅੰਦੇਸ਼ੀ ਹੈ ਨੀ, ਇਹਨਾਂ ਦੇ ਕੋਲ ਆਪਾਂ ਕਹਿ ਦਈਏ ਕਿ ਆਪਣੇ ਬਿੱਲ ਪਾਵਰ ਹੈ ਨੀ ਕਿ ਅਸੀਂ ਕਰਨਾ ਕੀ, ਸਿਰਫ ਤੇ ਸਿਰਫ ਇੰਨੀ ਕੁ ਬਿੱਲ ਪਾਵਰ ਹੈ ਕਿ ਅਸੀਂ ਰਾਜ ਗੱਦੀ ਭੋਗਣੀ ਹੈ, ਕੁਰਸੀ ਤੇ ਬਹਿਣਾ, ਇਸ ਤੋਂ ਪਰੇ ਹੋਰ ਕੋਈ ਗੱਲ ਹੈ ਨੀ, ਸਿਰਫ ਕੁਰਸੀ ਦੇ ਲਾਲਚ ਨੂੰ ਹੀ ਇਹ ਸਰਕਾਰਾਂ
ਆਉਂਦੇ ਨੇ, ਚੁਣ ਕੇ ਆਉਂਦੇ ਨੇ, ਲੋਕਾਂ ਨੂੰ ਬੇਵਕੂਫ ਬਣਾਉਂਦੇ ਨੇ, ਝੂਠੇ ਲਾਰੇ ਲਾਉਂਦੇ ਨੇ, ਲਾਲਚ ਦਿੰਦੇ ਨੇ, ਦਿਖਾਉਂਦੇ ਨੇ, ਡਰਾਉਂਦੇ ਨੇ, ਖਰੀਦਦੇ ਨੇ, ਸਾਰਾ ਕੁਛ ਕਰਕੇ, ਤੇ ਲੋਕਾਂ ਨੂੰ ਦੁੱਖ ਦੇਣ ਹੀ ਆਉਂਦੇ ਨੇ, ਸਰਕਾਰਾਂ ਬਣਦੀਆਂ ਨੇ। ਲੋਕ ਵੀ ਵਿਚਾਰੇ ਉਦਾਂ ਦੇ ਹੋਏ ਕਿ ਇਹ ਵੀ ਹੁਣ ਹਿਸਾਬ ਕਿਤਾਬ ਤੋਂ ਘੱਟ ਹੀ ਮੰਗਦੇ ਨੇ, ਕਹਿੰਦੇ ਵੀ ਕਰਨਾ ਕੁਛ ਤਾਂ ਕਿਸੇ ਨੇ ਕੁਛ ਵੀ, ਚਲੋ ਵੋਟਾਂ ਪਾਣੀ ਪੈਣੀਆਂ ਪਾ ਦਿਓ, ਜੀ ਹੁਣ ਇੱਥੇ ਆ ਕੇ ਮਸਲਾ ਸਾਰਾ ਉਹ ਖਰਾਬ ਹੋਇਆ ਪਿਆ ਪੂਰੇ ਭਾਰਤ ਦੇ ਵਿੱਚ। ਜੀ ਬਿਲਕੁਲ ਬਿਲਕੁਲ। ਕੰਗ ਸਾਹਿਬ, ਅਗਲੀ ਖਬਰ ਦੇ ਵੱਲ ਚੱਲਦੇ ਹਾਂ। ਖਬਰਾਂ ਇਹ ਆ ਰਹੀਆਂ ਨੇ ਕਿ ਬ੍ਰਿਟੇਨ ਦੇ ਵਿੱਚ 80,000 ਸ਼ਹੀਦ ਸਿੱਖ ਫੌਜੀਆਂ ਦਾ ਜਿਹੜਾ ਸਮਾਰਕ ਹੈ ਬਣੇਗਾ, ਜਿਹੜੇ 2 ਵਿਸ਼ਵ ਯੁੱਧਾਂ ਦੇ ਵਿੱਚ ਬ੍ਰਿਟੇਨ ਦੇ ਵੱਲੋਂ ਲੜਨ ਵਾਲੇ ਜਿਹੜੇ ਸਿੱਖ ਸੈਨਿਕ ਨੇ ਉਹਨਾਂ ਦੇ ਸਨਮਾਨ ਦੇ ਵਿੱਚ ਯਾਦਗਾਰ ਜਿਹੜੀ ਆ ਉਹ ਬਣਾਈ ਜਾਏਗੀ। ਦੇਖੋ ਜੀ, ਜਿਹੜੀਆਂ ਇਹ ਵਰਲਡ ਵਾਰ ਹੋਈਆਂ ਦੋ, ਜੀ ਇਹਦੇ ਵਿੱਚ ਸਿੱਖਾਂ ਦਾ ਬੜਾ ਨੁਕਸਾਨ ਹੋਇਆ, ਬਿਲਕੁਲ। ਤੇ ਉਹਨਾਂ ਦੋਨਾਂ ਲੜਾਈਆਂ ਦੇ ਵੇਲੇ ਭਾਰਤ ਦੇ ਉੱਤੇ ਜਿਹੜਾ ਉਹ ਕਬਜ਼ਾ ਸੀ ਗੋਰਿਆਂ ਦਾ ਸੀ, ਤੇ ਫੌਜ ਦੇ ਵਿੱਚ ਬਹੁਤੇ ਤੌਰ ਤੇ ਜੱਟ ਸਿੱਖ ਜਿਹੜੇ ਉਹ ਹੱਸ ਕੇ ਸ਼ਾਮਿਲ ਕਰ ਲਏ ਜਾਂਦੇ ਸੀ, ਜੀ ਕਿਉਂਕਿ ਇਹਨਾਂ ਦੇ ਹੌਸਲੇ, ਇਹਨਾਂ ਦੀ ਦਲੇਰੀ, ਇਹ ਕੰਮ ਕਾਰ ਲਈ ਹੱਡਾਂ ਦੇ ਖੁੱਲੇ ਹੁੰਦੇ ਸੀ, ਸਰੀਰ ਦੇ ਬਹੁਤ ਵਧੀਆ ਗੁਣਵੰਤ ਸਰੀਰ ਹੁੰਦੇ ਸੀ, ਇਹ ਕੋਈ ਬਹੁਤੀ ਇਹਨਾਂ ਦੀ ਕੋਈ ਪ੍ਰੀਖਿਆ ਨਹੀਂ ਲਈ ਜਾਂਦੀ, ਕੋਈ ਬਹੁਤੀ ਪੜ੍ਹਾਈ ਮੈਟਰ ਨਹੀਂ ਕਰਦੀ ਕਿ ਆ ਜਾਓ ਫੌਜ ਦੇ ਵਿੱਚ। ਤੇ ਜਦੋਂ ਦੋਨੇ ਲੜਾਈਆਂ ਲੱਗੀਆਂ ਉਹਨਾਂ ਦੇ ਵਿੱਚ ਸਿੱਖਾਂ ਦਾ ਕਾਫੀ ਨੁਕਸਾਨ ਹੋਇਆ, ਤੇ ਸਿੱਖਾਂ ਦੀ ਇਹ ਮੰਗ ਵੀ ਸੀ ਕਿ ਜਿਹੜੇ ਤੁਹਾਡੇ ਲਈ ਸਾਡੇ ਬੰਦੇ ਮਰ ਗਏ ਘੱਟੋ ਘੱਟ ਉਹਨਾਂ ਦੀ ਕੋਈ ਯਾਦਗਾਰਤਾ ਬਣਾ ਲਓ। ਜਿਵੇਂ ਕਿ ਪੰਜਾਬ ਦੇ ਵਿੱਚ ਕੋਈ ਸਿੱਖ ਕਿਤੇ ਧਰਨੇ ਪ੍ਰਦਰਸ਼ਨ ਦੇ ਵਿੱਚ ਜਾਂ ਕੌਮ ਦੀ ਖਾਤਰ ਕੋਈ ਕੰਮ ਕਰੇ ਤਾਂ ਇੱਥੇ ਝੱਟ ਡਿਮਾਂਡ ਹੋ ਜਾਂਦੀ ਹੈ, ਚਾਹੇ ਕੋਈ ਬਹੁਤ ਵਧੀਆ ਢਾਡੀ ਹੋਵੇ, ਕੀਰਤਨ ਕੀਰਤਨ ਕਰਦਾ ਹੋਵੇ ਜਾਂ ਕਥਾ ਵਾਚ ਹੋਵੇ, ਵੀ ਇਹਦੀ ਜਿਹੜੀ ਫੋਟੋ ਆ ਘੱਟੋ ਘੱਟ ਉਹ ਅਜਾਇਬ ਘਰ ਦੇ ਵਿੱਚ ਲਾਉਣੀ ਚਾਹੀਦੀ ਹੈ। ਜੀ ਤੇ ਇਸੇ ਤਰੀਕੇ ਨਾਲ ਉਹਨਾਂ ਨੇ ਬ੍ਰਿਟੇਨ ਦੇ ਅੱਗੇ ਮੰਗ ਰੱਖੀ ਸੀ। ਵਧੀਆ ਗੱਲ ਹੈ ਕਿ ਉੱਥੇ ਵੀ ਇੱਕ ਸਿੱਖਾਂ ਦੀ ਪਛਾਣ ਦੀ ਉਸ ਸਮਾਰਕ ਬਣੂਗੀ ਕਿ ਭਾਵੇਂ ਕਿ ਇਹ ਗੋਰਿਆਂ ਵੱਲੋਂ ਹੀ ਲੜੇ ਜੀ, ਪਰ ਇਹ ਲੜੇ, ਇਹਨਾਂ ਨੇ ਲੜਾਈ ਦਿਖਾਈ ਤੇ ਇੱਕ ਇਹਨਾਂ ਦੀ ਹੁਣ ਯਾਦਗਾਰ ਬਣਨੀ ਚਾਹੀਦੀ ਹੈ, ਉਹ ਬ੍ਰਿਟੇਨ ਦੀ ਸਰਕਾਰ ਬਣਾ ਰਹੀ ਹੈ। ਬਹੁਤ ਵਧੀਆ ਗੱਲ ਹੈ ਕਿ ਇੱਕ ਤਰ੍ਹਾਂ ਸਿੱਖਾਂ ਨੂੰ ਮਾਣ ਸਤਿਕਾਰ ਬ੍ਰਿਟੇਨ ਦੇ ਵਿੱਚ ਮਿਲ ਰਿਹਾ, ਇੱਕ ਮਾਰਸ਼ਲ ਕੌਮ ਦਾ ਉਹਨੇ ਖਿਤਾਬ ਦੇਣਾ ਕਿ ਇਹ ਬਹੁਤ ਵਧੀਆ ਜੰਗਜੂ ਸੀ, ਇਹਨਾਂ ਨੇ ਬੜੀ ਵਫ਼ਾਦਾਰੀ ਨਾਲ ਜੰਗਾਂ ਲੜੀਆਂ, ਆਪਣੀ ਜਾਨ ਦੀ ਪਰਵਾਹ ਕੀਤੇ ਬਗੈਰ, ਤੇ ਇਹ ਆਪਾਂ ਹੁਣ ਤੁਸੀਂ ਲਾ ਲਓ ਵੀ ਮੇਰਾ ਖਿਆਲ ਬਹੁਤ ਜਲਦੀ ਇਹ ਉਹ ਜਿਹੜੀ ਸਮਾਰਕ ਉਹ ਬਣ ਕੇ ਉੱਥੇ ਤਿਆਰ ਹੋ। ਜੀ ਬਿਲਕੁਲ। ਤੇ ਨਾਲ ਦੀ ਨਾਲ ਕੰਗ ਸਾਹਿਬ, ਖਬਰ ਇਹ ਵੀ ਇੱਕ ਆ ਰਹੀ ਹੈ ਕਿ ਬ੍ਰਿਟੇਨ ਦੇ ਵਿੱਚ ਹੀ ਇੱਕ ਸਿੱਖ ਨੌਜਵਾਨ ਨੂੰ ਦਸਤਾਰ ਸਜਾਉਣ ਕਾਰਨ ਨਾਈਟ ਕਲੱਬ ਦੇ ਵਿੱਚ ਉਹਨੂੰ ਘਸੀਟ ਕੇ ਬਾਹਰ ਕੱਢ ਦਿੱਤਾ ਗਿਆ ਸੀ। ਬਿਲਕੁਲ, ਇਹ ਖਬਰ ਆ ਰਹੀ ਹੈ ਕਿ ਨਾਈਟ ਕਲੱਬ ਦੇ ਵਿੱਚ, ਕਿਉਂਕਿ ਨਾਈਟ ਕਲੱਬ ਦਾ ਕੀ ਮਾਹੌਲ ਹੁੰਦਾ ਉਹ ਆਪਾਂ ਸਾਰੇ ਜਾਣਦੇ। ਜੀ ਬਿਲਕੁਲ। ਹੁਣ ਇੱਕ ਉੱਥੇ ਸਿੱਖ ਗਿਆ, ਜੀ ਪਹਿਲੀ ਗੱਲ ਤਾਂ ਇਹ ਗੱਲ ਸੋਭਦੀ ਨੀ ਨਾਈਟ ਕਲੱਬ ਦੇ ਵਿੱਚ ਡਾਂਸ ਦੇ ਵਿੱਚ, ਹਨਾ, ਤੇ ਜੇ ਦਸਤਾਰ ਧਾਰੀ ਜੇ ਕੋਈ ਗੁਰਸਿੱਖ ਹੁੰਦਾ ਮੇਰਾ ਖਿਆਲ ਜਾਂਦਾ ਹੀ ਨਾ, ਤੇ ਜੇ ਗਿਆ ਉੱਥੇ ਉਹਨੇ ਕੋਈ ਗਲਤੀ ਤਾਂ ਨਹੀਂ ਕੀਤੀ, ਇਹ ਵੀ ਗੱਲ ਵਿਸ਼ਾ ਹੈਗਾ ਆ ਸੋਚਣ ਦਾ ਜੀ ਕਿ ਜੇ ਹੁਣ ਉਸਨੇ ਕੋਈ ਐਸੀ ਵੈਸੀ ਉੱਥੇ ਗਲਤੀ ਕੋਈ ਛੇੜਖਾਨੀ ਕੀਤੀ, ਅਗਰ ਉਹਨੇ ਚੱਕ ਕੇ ਬਾਹਰ ਸੁੱਟਤਾ, ਤੇ ਬਾਅਦ ਵਿੱਚ ਆਪਾਂ ਕਹਿੰਦੇ ਸਿੱਖ ਹੋਣ ਦੇ ਨਾਤੇ ਮੈਨੂੰ ਚੱਕ ਕੇ ਬਾਹਰ ਮਾਰੀ। ਬਿਲਕੁਲ ਬਿਲਕੁਲ ਬਿਲਕੁਲ। ਜੇ ਆਪਾਂ ਗੱਲ ਨੂੰ ਕੋਈ ਹੋਰ ਰੱਖਣ ਦਿੱਤਾ ਹੋਵੇ, ਦੂਜੀ ਗੱਲ ਇਹ ਹੈ ਕਿ ਸਿੱਖ ਜਿਹੜੇ ਸੁਰੱਖਿਅਤ ਆ ਵੈਸੇ ਉਹ ਕਿਤੇ ਨੀ ਹੈਗੇ। ਜੀ ਅੱਜ ਗੱਲ ਬ੍ਰਿਟੇਨ ਦੀ ਸਾਡੇ ਸਾਹਮਣੇ ਆ ਗਈ ਕਿ ਉਹਨਾਂ ਨੇ ਜੀ ਚੱਕ ਕੇ ਬਾਹਰ ਸੁੱਟਤਾ, ਤੇ ਇੱਥੇ ਚੰਡੀਗੜ੍ਹ ਵਿੱਚ ਸਾਡੇ ਨਾਲ ਕੀ ਹੁੰਦਾ, ਜੀ ਇੱਥੇ ਵੀ ਆਪਾਂ ਗੱਲ ਕਰ ਲੈਂਦੇ ਹਾਂ ਨਾ, ਤੇ ਇੱਥੇ ਜਦੋਂ ਵੀ ਡਾਂਗਾਂ ਵੱਜਦੀਆਂ ਨੇ ਅੰਮ੍ਰਿਤਸਰ ਸਾਹਿਬ ਕੀ ਹੋ ਰਿਹਾ ਜੀ ਹੁੰਦਾ, ਇਹ ਸਾਰੇ ਸਹੀ ਹੈ। ਉਹ ਤਾਂ ਕਿਸੇ ਦੇਸ਼ ਦੀ ਐਵੇਂ ਹੀ ਗੱਲ ਫੈਲਾ ਦੇਣੀ ਆਉਂਦਾ, ਪਰ ਕੈਨੇਡਾ ਦੇ ਵਿੱਚ ਵੀ ਇਹ ਸਾਰਾ ਕੁਛ ਵੀ ਹੋਈ ਜਾਂਦਾ, ਅਮੈਰੀਕਾ ਦੀਆਂ ਵੀ, ਫਰਾਂਸ ਦੇ ਵਿੱਚ ਵੀ ਹੋ ਜਾਂਦਾ, ਜਿੱਥੇ ਪੱਗ ਲਈ ਸਾਨੂੰ ਜੂਝਣਾ ਪੈ ਰਿਹਾ। ਵੈਸੇ ਨਾਈਟ ਕਲੱਬ ਦੇ ਵਿੱਚ ਇਹ ਕੀ ਹੋਇਆ, ਇਹ ਵੀ ਪੜਤਾਲ ਕਰਨੀ ਚਾਹੀਦੀ ਹੈ ਕਿ ਅਸਲ ਵਿੱਚ ਇਹ ਕਹਾਣੀ ਕੀ ਬਣੀ, ਜੇ ਤਾਂ ਇਹ ਸਿਰਫ ਤੇ ਸਿਰਫ ਨਸਲੀ ਹਮਲਾ ਸੀ ਫਿਰ ਤਾਂ ਇਹਦੀ ਨਿੰਦਾ ਕਰਨੀ ਚਾਹੀਦੀ ਆ, ਸਰਕਾਰ ਤੱਕ ਇਹ ਗੱਲ ਜਾਣੀ ਚਾਹੀਦੀ ਆ। ਜੇ ਕੋਈ ਗੱਲ ਹੋਰ ਸੀ ਤੇ ਇਹਨੂੰ ਸਿਰਫ ਨਸਲੀ ਰੰਗ ਦੇਣ ਦੀ ਕੋਸ਼ਿਸ਼ ਕੀਤੀ ਜਾਂਦੀ ਆ, ਫਿਰ ਵੀ ਕੋਈ ਬਹੁਤੀ ਵਧੀਆ ਗੱਲ ਨਹੀਂ। ਬਿਲਕੁਲ ਬਿਲਕੁਲ। ਤੇ ਕੰਗ ਸਾਹਿਬ, ਉਧਰ ਖਬਰਾਂ ਜਿਹੜੀਆਂ ਨੇ ਉਹ ਇਹ ਆ ਰਹੀਆਂ ਨੇ ਕਿ ਚੀਨ ਦੇ ਜਿਹੜੇ ਰਾਸ਼ਟਰਪਤੀ ਨੇ ਉਹਨਾਂ ਦਾ ਜਿਹੜਾ ਇੱਕ ਸਮਾਂ ਹੁੰਦਾ, ਕਾਰਜਕਾਲ ਹੁੰਦਾ, ਉਹ ਹੱਦ ਨੂੰ ਖਤਮ ਹੀ ਕਰ ਦਿੱਤਾ ਗਿਆ, ਉਹ ਝੰਝਟ ਜਿਹੜਾ ਉਹ ਹੀ ਖਤਮ ਕਰ ਦਿੱਤਾ ਗਿਆ। ਸੋ ਕਹਿੰਦੇ ਜੀ ਹੁਣ ਜਿਨਪਿੰਗ ਜਿਹੜੇ ਨੇ ਉਹ ਉਮਰ ਭਰ ਆਪਣੀ ਸੱਤਾ ਦੇ ਵਿੱਚ ਜਿਹੜੇ ਨੇ ਉਹ ਰਹਿਣ ਵਾਲੇ ਨੇ। ਕੀ ਅਸਰ ਪੈ ਸਕਦਾ ਇਸ ਦੇ ਨਾਲ ਭਾਰਤ ਤੇ, ਕੋਈ ਅਸਰ ਪੈਣ ਦੀ ਸੰਭਾਵਨਾ ਜਿਹੜੀ ਹੈਗੀ ਹੈ, ਤੇ ਇਸ ਕਦਮ ਨੂੰ ਤੁਸੀਂ ਕਿਸ ਲਹਿਜੇ ਨਾਲ ਲੈਣੇ? ਦੇਖੋ ਜੀ, ਪਹਿਲੀ ਗੱਲ ਤਾਂ ਇਹ ਹੈ ਕਿ ਲੋਕਤੰਤਰ ਪੂਰੇ ਵਰਲਡ ਦੇ ਵਿੱਚ ਖਤਰੇ ਹੈ ਜੀ,
ਕਹਿਣ ਨੂੰ ਤਾਂ ਸਾਰਿਆਂ ਨੇ ਆਪਣੇ ਆਪਣੇ ਦੇਸ਼ ਨੂੰ ਲੋਕਤੰਤਰ ਦੇਸ਼ ਘੋਸ਼ਿਤ ਕੀਤਾ, ਚਾਹੇ ਉਹ ਅਮਰੀਕਾ ਹੀ ਹੋਵੇ। ਜੀ ਉੱਥੇ ਵੀ ਜਦੋਂ ਟਰੰਪ ਹੁਣੀ ਬਣ ਗਏ ਜੀ ਰਾਸ਼ਟਰਪਤੀ, ਤੇ ਬਾਅਦ ਵਿੱਚ ਰੌਲਾ ਪਾ ਲਿਆ ਜੀ ਕਿ ਰੂਸ ਵਾਲਿਆਂ ਨੇ ਟਰੰਪ ਨੂੰ ਜਿਤਾਤਾ ਜੀ, ਬੈਸ ਤਾਂ ਹਿਲਰੀ ਜੀ, ਜੀ ਲੋਕਾਂ ਨੇ ਬੜੇ ਪ੍ਰਦਰਸ਼ਨ ਕੀਤੇ ਜੀ, ਇਸ ਨੂੰ ਵੋਟਾਂ ਨਹੀਂ ਪਾਈਆਂ, ਇਹ ਕਿਵੇਂ ਬਣ ਗਿਆ ਜੀ ਜੀ ਵੀ ਭਾਰਤ ਦੀ ਆਪਾਂ ਗੱਲ ਕਰੀਏ, ਇੱਥੇ ਵੀ ਇਹੋ ਗੱਲ ਹੋਈ ਜਾਂਦੀ ਆ ਕਿ ਜੀ ਦੋ ਸੀਟਾਂ ਬੀਜੇਪੀ ਜਿੱਤੀ ਸੀ ਮੇਘਾਲਿਆ ਦੇ ਵਿੱਚ, ਸਰਕਾਰ ਦੇ ਨੇ ਫੇਰ ਬਣਾ ਲਈ 32 ਮੁੱਲ ਖਰੀਦ ਲਈ ਬਿਲਕੁਲ 32 MLA, ਤੇ ਉੱਥੇ ਵੀ ਇੱਕ ਲੋਕਤੰਤਰ ਦੀ ਹੱਤਿਆ ਹੀ ਹੋਈ ਹੈ ਨਾ। ਜੀ ਤੇ ਇਹੋ ਹੀ ਗੱਲਾਂ ਪੂਰੇ ਦੇਸ਼ ਦੇ ਵਿੱਚ ਆਪਾਂ ਗੱਲ ਕਰ ਲਈਏ, ਹਰ ਸਟੇਟ ਦੇ ਵਿੱਚ ਹੋ ਰਹੀਆਂ, ਤੇ ਇਹੋ ਹੀ ਚੀਨ ਦੇ ਵਿੱਚ ਹੋ ਰਹੀਆਂ, ਤੇ ਉਹਨਾਂ ਨੇ ਤਾਂ ਲੋਕਤੰਤਰ ਦੀ ਹੱਤਿਆ ਕਰ ਹੀ ਦਿੱਤੀ। ਉਹ ਕਹਿੰਦੇ ਜੀ ਫਾਹੇ ਵੰਡੋ, ਵੋਟਾਂ ਪਾਉਣੀਆਂ ਹੀ ਨਹੀਂ, ਜੀ ਤੇ ਇੱਕ ਵਾਰੀ ਬੰਦਾ ਬਣ ਗਿਆ ਕੰਮ ਵਧੀਆ ਕਰ ਰਿਹਾ, ਸਾਡੇ ਦੇਸ਼ ਲਈ ਵਧੀਆ, ਬਾਕੀ ਦੇਸ਼ ਸਾਨੂੰ ਪਰਵਾਹ ਨਹੀਂ, ਉਹਨਾਂ ਦੇ ਲਈ ਮਾੜਾ ਹੈ ਤਾਂ ਬਹੁਤ ਵਧੀਆ ਹੈ। ਜੀ ਤੇ ਨਾਲ ਦੇ ਆਂਢੀਆਂ ਗੁਆਂਢੀਆਂ ਜਿਵੇਂ ਉਹ ਪਿੰਡਾਂ ਦੇ ਵਿੱਚ ਕਹਿੰਦੇ ਨੇ ਕਿ ਬਸ ਠੋਕ ਕੇ ਰੱਖਣ ਵਾਲਾ ਬੰਦਾ, ਜੀ ਉਹਨਾਂ ਨੇ ਇਹ ਗੱਲ ਕੀਤੀ ਹੈ ਕਿ ਭਾਰਤ ਜਿਹੜਾ ਆ ਉਹ ਬਹੁਤ ਇੱਕ ਪਾਵਰ ਬਣਦੀ ਜਾ ਰਹੀ ਆ, ਹੁਣ ਇਹ ਪਤਾ ਨੀ ਬਣਦੀ ਜਾ ਰਹੀ ਹੈ ਸ਼ਾਇਦ ਗੱਲੋਂ ਗੱਲੀ ਸਾਡੇ ਮੋਦੀ ਸਾਹਿਬ ਬਣਾ ਜਾਂਦੇ ਹੋਣ। ਕੋਈ ਏਦਾਂ ਹੋ ਜਾਂਦਾ ਪੰਚਾਇਤ ਦੇ ਵਿੱਚ ਬੰਦਾ ਗਿਆ ਹੋਵੇ ਜੀ, ਤੇ ਸਾਰੇ ਪਿੰਡ ਦੇ ਬੰਦੇ ਉਹ ਅੱਜ ਜਾ ਕੇ ਐਵੇਂ 5-7 ਵੱਡੀਆਂ ਵੱਡੀਆਂ ਗੱਪਾਂ ਛੱਡਿਆ, ਤੇ ਲੋਕਾਂ ਦੇ ਬੈਸੇ ਡੇਲੇ ਬਾਹਰ ਆਏ, ਜਿਹੜੇ ਬਹੁਤ ਬੜੀਆਂ ਕਰਕੇ ਯਾਰ ਬਹੁਤ ਕੁਛ ਇਹਦੇ ਕੋਲ ਤਾਂ, ਬਿਲਕੁਲ ਬਾਅਦ ਵਿੱਚ ਪਤਾ ਲੱਗੇ ਤੇ ਹੈ ਤਾਂ ਪੱਲੇ ਕੱਖ ਵੀ ਨੀ, ਐਵੇਂ ਝੂਠੇ ਹੀ ਬੋਲ। ਜੀ ਜੀ ਬਿਲਕੁਲ, ਇਹ ਇਹੀ ਕੁਛ ਸਾਡੇ ਪ੍ਰਧਾਨ ਮੰਤਰੀ ਸਾਹਿਬ ਨੇ ਸਾਰਿਆਂ ਦੇਸ਼ਾਂ ਦੀ ਯਾਤਰਾ ਕਰਕੇ ਇੱਕ ਇੱਕ ਵਾਰੀ ਨੀ 3-3 ਵਾਰ ਕਰਕੇ ਜੀ, ਤੇ ਲੋਕਾਂ ਨੂੰ ਐਸੀਆਂ ਗੱਲਾਂ ਧਰਮ ਜਾਲ ਦੇ ਵਿੱਚ ਫਸਾ ਤਾ ਕਿ ਐਸੇ ਹੀ ਲੋਕ ਡਰਨ ਲੱਗ ਪਏ ਸੀ ਜੀ, ਵੀ ਜੀ ਬਹੁਤ ਕੁਛ ਹੈ ਤਾਂ ਇੱਕ ਵਾਰੀ ਠੋਕ ਕੇ ਰੱਖ ਦੂ। ਜਦ ਕਿ ਇੱਥੇ ਰੈਲੀਆਂ ਹੁੰਦੀਆਂ ਸੀ ਤਾਂ ਵੀ ਉਹ ਕਹਿੰਦੇ ਸੀ ਇੱਕ ਸਿਰ ਪੱਟ ਕੇ ਲੈ ਕੇ ਜਾਊਗੀ ਤਾਂ 10 ਲੈ ਕੇ ਆਵਾਂਗੇ ਜੀ ਜੀ ਹਨਾ, ਤੇ ਚੀਨ ਦੇ ਨਾਲ ਵੀ ਇਹ ਕੁਛ ਹੋ ਰਿਹਾ ਕਿ ਡੋਕਲਾਮ ਦੇ ਮੁੱਦੇ ਦੇ ਉੱਤੇ ਇਹਨਾਂ ਨੇ ਦਬਕਾ ਦੁਬਕਾ ਮਾਰ ਕੇ ਉਹਨਾਂ ਨੂੰ ਭਜਾ ਭਿਉ ਦਿੱਤਾ, ਸ਼ਹਿਰ ਅੰਦਰ ਬਹਿ ਕੇ ਕੀ ਸੌਦੇਬਾਜ਼ੀ ਹੋਈ, ਤੇ ਇਹ ਰੌਲਾ ਪਾ ਤਾ ਕਿ ਚੀਨ ਤਾਂ ਸਾਡੇ ਕੋਲੋਂ ਡਰਦਾ ਮਾੜਾ ਹੀ ਦੌੜ ਗਿਆ ਜੀ, ਜੀ ਤੇ ਅਗਲਿਆਂ ਨੇ ਹੁਣ ਆ ਕੇ ਫਿਰ ਕਬਜ਼ਾ ਕਰ ਲਿਆ ਜੀ। ਇੱਕ ਤੁਹਾਨੂੰ ਹੋਰ ਗੱਲ ਦੱਸਦੇ ਹਾਂ ਕਿ ਜਿਸ ਦੇਸ਼ ਦੇ ਵਿੱਚ ਜਦੋਂ ਵੀ ਚੋਣ ਹੋਣੀ ਹੈ ਨਾ ਉਹਦੇ ਪਰ ਖਰਚਾ ਬਹੁਤ, ਬਿਲਕੁਲ, ਤੇ ਉਹ ਖਰਚਾ ਵੀ ਬਚ ਰਿਹਾ ਹੁਣ ਚੀਨ ਦਾ, ਤਾਂ ਜੇ ਮੁੜ ਕੇ ਇੱਕ ਵਾਰੀ ਬਣਾ ਤਾ ਕਹਿੰਦੇ ਜੀ ਠੀਕ ਹੈ ਬਸ ਹੁਣ ਜੀ ਜੀ ਬਿਲਕੁਲ ਬਿਲਕੁਲ। ਵੈਸੇ ਜਿਨਪਿੰਗ ਦਾ ਵੀ ਇੰਨਾ ਵਧੀਆ ਸਫ਼ਰ ਰਾਜਨੀਤੀ ਵਿੱਚ ਨਹੀਂ ਰਿਹਾ 1970 ਤੋਂ ਲੈ ਕੇ, ਉਹ ਇੱਕ ਤਰ੍ਹਾਂ ਡਟੇ ਹੋਏ ਨੇ, ਕਦੇ ਕੁਛ ਬਣ ਜਾਂਦੇ ਨੇ, ਕਦੇ ਕਿਸੇ ਸੀਟ ਤੇ ਆ ਜਾਂਦੇ ਨੇ, ਕਦੇ ਕਾਫ਼ੀ ਉਹ ਆਪਾਂ ਕਹਿ ਸਕਦੇ ਹਾਂ ਕਿ ਸਿਆਸੀ ਤੌਰ ਤੇ ਮਾਹਰ ਹੋ ਗਏ ਨੇ। ਉਹ ਕਹਿੰਦੇ ਜੀ ਹੁਣ ਬੰਦਾ ਪੂਰਾ ਪਰਿਪੱਕ ਹੋ ਗਿਆ, ਹੁਣ ਇਹਨੂੰ ਬਸ ਜਿੱਥੇ ਬਣਿਆ ਬਣਿਆ ਰਹਿਣ ਦਿਓ ਜੀ, ਕਿਉਂਕਿ ਉਹਦਾ ਦਬਦਬਾ ਜਿਹੜਾ ਆ ਚੀਨ ਦਾ ਇਸ ਵੇਲੇ ਉਹ ਰਸ਼ੀਆ ਦੇ ਉੱਤੇ ਵੀ ਹੈ, ਭਾਰਤ ਦੇ ਉੱਤੇ ਵੀ ਹੈ, ਪਾਕਿਸਤਾਨ ਦੇ ਉੱਤੇ ਵੀ ਹੈ, ਇੱਥੋਂ ਤੱਕ ਕਿ ਅਮਰੀਕਾ ਦੇ ਉੱਤੇ ਵੀ, ਬਿਲਕੁਲ। ਤੇ ਇਹਦੇ ਰਾਜ ਦੇ ਵਿੱਚ ਚੀਨ ਨੇ ਤਰੱਕੀ ਵੀ ਬੜੀ ਕੀਤੀ ਜੀ। ਹੁਣ ਤੁਸੀਂ ਇੱਕ ਗੱਲ ਨੋਟ ਕੀਤੀ ਹੋਣੀ ਹੈ ਕਿ ਭਾਰਤ ਦੇ ਵਿੱਚ ਬਹੁਤੀਆਂ ਮਿਲਣ ਵਾਲੀਆਂ ਜਿਹੜੀਆਂ ਚੀਜ਼ਾਂ ਨੇ ਉਹ ਚਾਈਨੀਜ਼ ਨੇ, ਬਿਲਕੁਲ ਕੋਈ ਸ਼ੱਕ ਨਹੀਂ। ਚਾਹੇ ਕਿ ਅਸੀਂ ਛੋਟੀਆਂ ਜਿਹੀਆਂ ਦੀਵਾਲੀ ਨੂੰ ਲਾਉਂਦੇ ਹਾਂ ਆਪਾਂ ਲੜੀਆਂ ਦੀਆਂ ਗੱਲ ਕਰ ਲਈਏ, ਤੇ ਚਾਹੇ ਅਸੀਂ ਰੋਜ਼ਮਰਾ ਦੀ ਜ਼ਿੰਦਗੀ ਵਿੱਚ ਵਰਤਣ ਵਾਲੇ ਫੋਨ ਦੀ ਗੱਲ ਕਰ ਲਈਏ, ਬਹੁਤੇ ਚੀਨ ਤੋਂ ਬਣ ਕੇ ਆਉਂਦੇ ਨੇ। ਇੱਥੋਂ ਤੱਕ ਕਿ ਅਮਰੀਕਾ ਦੀ ਸਾਰਿਆਂ ਨਾਲੋਂ ਵੱਡੀ ਮੋਬਾਈਲ ਕੰਪਨੀ ਐਪਲ ਵੀ ਆਪਣੀ ਮੈਨੂਫੈਕਚਰਿੰਗ ਹੁਣ ਚੀਨ ਤੋਂ ਕਰਵਾ ਰਹੀ ਹੈ ਜੀ। ਤੇ ਚੀਨ ਤੇ ਭਾਰਤ ਪੂਰੇ ਦੇਸ਼ਾਂ ਦੇ ਲਈ ਜਿੰਨੇ ਵੀ ਵਰਲਡ ਦੇ ਵਿੱਚ ਨੇ ਉਹਨਾਂ ਦੇ ਲਈ ਬਹੁਤ ਵੱਡਾ ਬਾਜ਼ਾਰ ਨੇ ਜੀ, ਕਿਉਂਕਿ ਇਹਨਾਂ ਦੋਨਾਂ ਕੰਟਰੀਆਂ ਦੀ ਜਿਹੜੀ ਪਾਪੂਲੇਸ਼ਨ ਬਹੁਤ ਆ। ਜੇ ਇੱਕ ਮੋਬਾਈਲ ਵੇਚਣਾ ਹੋਵੇ ਤਾਂ ਕਿੰਨਿਆਂ ਲੋਕਾਂ ਨੇ ਉਹ ਖਰੀਦਣਾ ਹੁੰਦਾ, ਤੇ ਹੱਥੋਂ ਹੱਥੀ ਕਿੱਡਾ ਵੱਡਾ ਬਾਜ਼ਾਰ ਹੈਗਾ ਇੱਥੇ ਜੀ। ਤੇ ਇਹਨਾਂ ਨੇ ਫਿਰ ਆਪਣੇ ਕਹਿਣ ਦਾ ਮਤਲਬ ਕਿ ਬਾਜ਼ਾਰ ਦੇ ਸਿਰ ਤੇ ਵੀ ਲੋਕਾਂ ਨੂੰ ਇੱਕ ਤਰ੍ਹਾਂ ਡਰਾਇਆ ਧਮਕਾਇਆ ਹੋਇਆ ਬਾਕੀ ਦੇਸ਼ਾਂ ਨੂੰ, ਤੇ ਹੁਣ ਜੇ ਉਹ ਪਾਵਰ ਦੇ ਵਿੱਚ ਆਉਂਦੇ ਨੇ, ਜਦਕਿ ਸਾਡਾ ਦੇਸ਼ ਅੱਗੇ ਨਾਲੋਂ ਥੱਲੇ ਜਾ ਰਿਹਾ, ਚੀਨ ਉੱਪਰ ਜਾ ਰਿਹਾ, ਚੀਨ ਦਿਨ ਦਿਨ ਤਰੱਕੀ ਕਰ, ਤੇ ਫਿਰ ਉਹਨਾਂ ਨੇ ਜੇ ਇਹ ਫੈਸਲਾ ਲਿਆ, ਵੈਸੇ ਇਹ ਲੋਕਤੰਤਰ ਦੀ ਹੱਤਿਆ ਜੇ ਉਹਨਾਂ ਨੇ ਇਹ ਫੈਸਲਾ ਲਿਆ ਤੇ ਆਪਣੇ ਸੰਵਿਧਾਨ ਅਨੁਸਾਰ ਲਿਆ ਹੋਵੇਗਾ। ਤੇ ਕੰਗ ਸਾਹਿਬ ਆਪਾਂ ਆਉਂਦੇ ਹਾਂ ਪੰਜਾਬ ਦੇ ਵੱਲ, ਖਬਰਾਂ ਇਹ ਆ ਰਹੀਆਂ ਨੇ ਕਿ ਸ਼੍ਰੋਮਣੀ ਕਮੇਟੀ ਦੇ ਵੱਲੋਂ ਨੌਕਰੀਓਂ ਕੱਢੇ ਜਾ ਰਹੇ ਨੇ ਕੁਝ ਸਿਫਾਰਸ਼ੀ ਮੁਲਾਜ਼ਮ, ਤੇ ਹੁਣ ਤਾਂ ਭੌਰ ਸਾਹਿਬ ਵੀ ਬੋਲ ਪਏ ਨੇ, ਬੋਲਦੇ ਵੈਸੇ ਕਦੀ ਕਦੀ ਨੇ ਸੁਖਦੇਵ ਸਿੰਘ ਭੌਰ, ਪਰ ਹੁਣ ਉਹ ਵੀ ਬੋਲ ਪਏ ਨੇ, ਕਹਿੰਦੇ ਜੀ ਬਡੂੰਗਰ ਤੇ ਅਮਲਾ ਸ਼ਾਖਾ ਜਿਹੜੇ ਨੇ ਉਹ ਕਸੂਰਵਾਰ ਨੇ, ਤੁਹਾਡਾ ਇਸੇ ਬਾਰੇ ਚ ਕੀ ਨਜ਼ਰੀਆ? ਦੇਖੋ ਜੀ, ਸ਼੍ਰੋਮਣੀ ਕਮੇਟੀ ਦੇ ਵਿੱਚੋਂ ਜਿਹੜੇ ਮੁਲਾਜ਼ਮ ਕੱਢੇ ਜਾ ਰਹੇ ਨੇ ਜੀ, ਅੱਜ ਜੇ ਭੌਰ ਹੁਣੀ ਇਹ ਗੱਲ ਕਹਿੰਦੇ ਨੇ, ਜਦੋਂ ਭੌਰ ਹੋਣਾ ਦੀ ਉਸ ਤਿਕੜੀ ਚੌਕੜੀ ਦੇ ਨਾਲ ਪੂਰੀ ਜਾ ਰਹੀ ਸੀ, ਉਹ ਤਾਂ ਉਸ ਵੇਲੇ ਵੀ ਕੱਢੇ ਜਾ ਰਹੇ ਸੀ, ਜੀ ਜੀ, ਸਾਰਿਆਂ ਨੂੰ ਵੱਧ ਰੌਲਾ ਤਾਂ ਉਸ ਵੇਲੇ ਪਿਆ, ਹੁਣ ਤਾਂ ਬਡੂੰਗਰ ਹੋਣੀ ਤਾਂ ਬਾਅਦ ਵਿੱਚ ਬਣੇ ਆ ਨਾ ਜੀ ਜੀ ਬਿਲਕੁਲ, ਬਡੂੰਗਰ ਤੋਂ ਬਾਅਦ ਫਿਰ ਲੌਂਗੋਵਾਲ ਬਣ ਗਏ,
ਜੀ ਉਸ ਵੇਲੇ ਤਾਂ ਇਹਨਾਂ ਦੇ ਆਪਣੇ ਬੰਦੇ ਉੱਥੇ ਪ੍ਰਧਾਨਗੀਆਂ ਦੇ ਉੱਤੇ ਬੜੇ ਵਧੀਆ ਸੈੱਟ ਸੀ। ਜੀ ਮੱਕੜ ਹੋਣੀ ਸੀ ਜਦੋਂ ਇਹਨਾਂ ਨੇ ਪੰਜਾਂ ਪਿਆਰਿਆਂ ਨੂੰ ਮੁਅੱਤਲ ਕੀਤਾ, ਜੀ ਜਦੋਂ ਇਹਨਾਂ ਨੇ ਭਾਈ ਬਲਦੇਵ ਸਿੰਘ ਬਡਾਲਾ ਨੂੰ ਉੱਥੋਂ ਕੱਢਿਆ, ਜਦੋਂ ਰਮਨਦੀਪ ਦੀ ਉੱਥੋਂ ਛੁੱਟੀ ਕੀਤੀ, ਆਪਾਂ ਜੀ ਕਿਹਦੇ ਕਿਹਦੇ ਨਾਂ ਲਈਏ ਕਿ ਮੱਕੜ ਹੁਣ ਨੇ ਐਡੀ ਹੈਂਕੜਬਾਜ਼ੀ ਦਿਖਾਈ ਕਿ ਅਸੀਂ ਤਾਂ ਪੰਜਾਂ ਪਿਆਰਿਆਂ ਦੇ ਹੁਕਮ ਹੀ ਨਹੀਂ ਮੰਨਦੇ। ਜੀ ਅਰਦਾਸੀਏ ਸਿੰਘ ਨੂੰ ਉੱਥੋਂ ਕੱਢਿਆ ਕਿ ਤੁਸੀਂ ਬਾਦਲ ਦੇ ਗੱਲ 'ਚ ਰੋਪਾ ਨਹੀਂ ਪਾਇਆ, ਜੀ ਜਦਕਿ ਅਰਦਾਸੀਏ ਸਿੰਘ ਦਾ ਇਹ ਕਹਿਣਾ ਬਣਦਾ ਸੀ ਵੀ ਅਸੀਂ ਤਾਂ ਜਿਹੜਾ ਗੁਰੂ ਘਰ ਵਿੱਚ ਨਿਮਾਣਾ ਸਿੱਖ ਹੋ ਕੇ ਆਵੇ ਤਾਂ ਉਹਦੇ ਸਰੂਪਾ ਬਣ ਜਾਈਏ, ਥੋੜੀ ਆਪਣੇ ਤੀਜੇ ਦਿਨ ਬਾਦਲ ਦਾ ਕੋਈ ਨਾ ਕੋਈ ਤੁਰਿਆ ਰਹੇ ਇਹਦੇ ਗਲ ਪਾਉਣਾ ਜ਼ਰੂਰੀ ਹੈ। ਜੀ ਜੇ ਉੱਥੇ ਵੀ ਸਿਆਸੀ ਸਾਰੇ ਲੋਕਾਂ ਦੇ ਗਲਾਂ 'ਚ ਸਰੂਪੇ ਹੀ ਪਾਉਣੇ ਨੇ ਫਿਰ ਤਾਂ ਮੇਰਾ ਖਿਆਲ ਨਾਲ ਕੋਈ ਬਹੁਤ ਵੱਡੀ ਗੱਲ ਹੈ ਨਹੀਂ ਗੀ। ਜੀ ਵੀ ਤੁਸੀਂ ਹਰੇਕ ਸਿਆਸੀ ਲੋਕਾਂ ਨੂੰ ਤੁਸੀਂ VIP ਟ੍ਰੀਟਮੈਂਟ ਦਿਓ ਤੇ ਬਾਕੀ ਤੁਸੀਂ ਸੰਗਤਾਂ ਨੂੰ ਪੁੱਛੋ ਇਹਨਾਂ ਦੇ ਡੰਡੇ ਮਾਰੋ ਤੇ ਲੈ ਕੇ ਜਿਹੜੇ ਬੜੇ ਬੜੇ ਨੇ ਸਰੋਵਰ ਸਾਹਿਬ ਦੇ ਉੱਤੇ ਵੀ ਖੜੇ ਨੇ ਮੁੱਛਾਂ ਨੂੰ ਦੇ ਕੇ ਤਾਂ ਤੇ ਉਹ ਜਿੱਦਾਂ ਮਰਜ਼ੀ ਭਾਸ਼ਾ ਦਾ ਉਪਯੋਗ ਕਰਨ ਸੰਗਤਾਂ ਦੇ ਲਈ। ਜੀ ਇਹ ਤਾਂ ਉੱਥੇ ਦਾ ਇੱਕ ਮਾਹੌਲ ਬਹੁਤ ਦੇਰ ਤੋਂ ਖਰਾਬ ਹੋਇਆ ਪਿਆ ਕਿ ਸ਼੍ਰੋਮਣੀ ਕਮੇਟੀ ਨੇ ਜਿਹੜੇ ਉੱਥੇ ਪੂਰਨੇ ਪਾਏ ਸੀ ਤੇ ਜਿਹੜੇ ਹੁਣ ਨਵੇਂ ਮੈਂਬਰ ਚੁਣ ਕੇ ਆਏ ਨੇ ਤੇ ਉਹਨਾਂ ਨੇ ਉਹਨਾਂ ਪੂਰਨੇ ਨੂੰ ਇੱਕ ਤਰ੍ਹਾਂ ਆਪਾਂ ਕਹਿ ਸਕਦੇ ਕਿ ਰੱਦੋ ਬਦਲ ਕਰਕੇ ਰੱਖਤਾ, ਖੇ ਖਰਾਬ ਕਰਤਾ ਜੇ ਆਪਾਂ ਕਹਿ ਲਈਏ, ਬਿਲਕੁਲ ਕਿ ਅਸੀਂ ਅਸੀਂ ਉਹਨਾਂ ਚੀਜ਼ਾਂ ਨੂੰ ਮੰਨਦੇ ਹੀ ਨਹੀਂ ਜੀ, ਅਸੀਂ ਉਹ ਬੰਦੇ ਆਪਣੇ ਵਿੱਚ ਫਿੱਟ ਕਰਾਂਗੇ ਜਿਹੜੇ ਸਾਡੇ ਰੀਸ ਜ਼ਰੂਰੀ ਕਰਨਗੇ। ਜੀ ਫਿਰ ਚਾਹੇ ਉਹ ਕੜਾਹ ਪ੍ਰਸ਼ਾਦ ਵਰਤਾਉਣ ਵਾਲਾ ਹੋਵੇ, ਚਾਹੇ ਅਰਦਾਸ ਕਰਨ ਵਾਲਾ ਹੋਵੇ, ਚਾਹੇ ਫਿਰ ਉਹ ਸਰੋਵਰ ਦੀ ਪ੍ਰਕਰਮਾ ਤੇ ਖੜਾ ਨੇਜੀ ਵਾਲਾ ਹੀ ਹੋਵੇ, ਜੀ ਉਦੋਂ ਬਾਅਦ ਕੀਰਤਨੀਏ ਰਾਗੀ ਢਾਡੀ ਜੋ ਵੀ ਆ ਸਾਰੇ ਆ, ਹੁਣ ਤੁਹਾਡੀ ਉੱਥੇ ਮੋਹਰੇ ਬੋਲਦੇ ਹੋਣ ਤੇ ਸੁੱਚਾ ਸਿੰਘ ਲੰਘਾ ਵਰਗ ਆ ਕੇ ਉਹਦੇ ਕੋਲੋਂ ਮਾਈਕ ਖੋ ਲੈਂਦਾ ਸੀ। ਬਿਲਕੁਲ ਇੱਕ ਤਰ੍ਹਾਂ ਉੱਥੇ ਇਹੋ ਤਾਨਾ ਸ਼ਾਹਾਂ ਵਾਲਾ ਉੱਥੇ ਉਹ ਉਹਨਾਂ ਨੇ ਮਾਹੌਲ ਬਣਾਇਆ ਹੋਇਆ ਤੇ ਜੇ ਅੱਜ ਵੀ ਉਹਦੇ ਪਰੇ ਗਾਹ ਚੱਲ ਰਹੇ ਸੁਖਦੇਵ ਸਿੰਘ ਭੌਰ ਹੋਣੀ ਹੁਣ ਬੋਲਦੇ ਜੱਜਦੇ ਨਹੀਂ, ਜੀ ਜੇ ਤਾਂ ਅਸੀਂ ਕਿਸੇ ਗੱਲ ਦੇ ਪੱਖ ਵਿੱਚ ਖੜੇ ਹਾਂ ਤਾਂ ਸਾਨੂੰ ਪਹਿਲਾਂ ਤੋਂ ਹੀ ਖੜਨਾ ਚਾਹੀਦਾ, ਜਦੋਂ ਅਸੀਂ ਵਿੱਚ ਉਸੇ ਸਿਸਟਮ ਦੇ ਵਿੱਚ ਅਸੀਂ ਫਿੱਟ ਹਾਂ ਫਿਰ ਤਾਂ ਜੋ ਹੁੰਦਾ ਸਹੀ ਹੋ ਰਿਹਾ, ਜੇ ਅਸੀਂ ਸਾਨੂੰ ਅੱਜ ਕੱਢ ਕੇ ਬਾਹਰ ਮਾਰਿਆ ਤੇ ਫਿਰ ਅਸੀਂ ਕਹਿ ਦਈਏ ਕਿ ਜੀ ਨਹੀਂ ਇਹ ਸਾਰਾ ਕੁਛ ਗਲਤ ਹੋ ਰਿਹਾ, ਜੀ ਸਾਨੂੰ ਉਸੇ ਵੇਲੇ ਤੋਂ ਆਵਾਜ਼ ਉਠਾਉਣੀ ਚਾਹੀਦੀ ਸੀ ਜਦੋਂ ਪਹਿਲਾਂ ਨੌਕਰੀ ਤੋਂ ਬਰਖਾਸਤ ਕੀਤੇ ਜਾਂਦੇ ਸੀ, ਜੇ ਕੋਈ ਅੰਮ੍ਰਿਤਸਰ ਦੇ ਵਿੱਚ ਕਿਸੇ ਵੀ ਗੁਰਦੁਆਰੇ ਦੇ ਵਿੱਚ ਡਿਊਟੀ ਕਰ ਰਿਹਾ ਸੀ ਸ਼੍ਰੋਮਣੀ ਕਮੇਟੀ ਦਾ ਕੋਈ ਮੁਲਾਜ਼ਮ ਸੀ ਉਹ ਕੋਈ ਗਲਤੀ ਕਰਦਾ ਸੀ ਜਾਂ ਇਹਨਾਂ ਦੀ ਜੀ ਹਜ਼ੂਰੀ ਨਹੀਂ ਕਰ ਤੇ ਉਹਦੀ ਚੱਕ ਕੇ ਡਿਊਟੀ ਸੀ ਹਰਿਆਣੇ ਚ ਲਾਉਂਦੇ ਸੀ ਜੀ ਕਿ ਹੁਣ ਤੈਨੂੰ ਦੱਸਦੇ ਹਾਂ ਜੀ ਤੂੰ ਸਾਡੀ ਕਹਿਣੀ ਚ ਨਹੀਂ ਚੱਲਿਆ, ਤੇ ਜਿਹੜਾ ਕੋਈ ਜ਼ਿਆਦਾ ਇਹਨਾਂ ਦੀ ਲੋਲੋ ਪੁੱਪੋ ਕਰਦਾ ਸੀ ਫਿਰ ਉਹਨੂੰ ਉੱਥੇ ਅੰਮ੍ਰਿਤਸਰ ਦੇ ਵਿੱਚ ਰਿਹਾਇਸ਼ਾਂ ਦਿੱਤੀਆਂ ਜਾਂਦੀਆਂ ਸੀ, ਤਨਖਾਹਾਂ ਵੀ ਵਧਾਈਆਂ ਜਾਂਦੀਆਂ ਸੀ, ਲੰਗਰ ਦੀ ਵਿੱਚ ਦੀ ਵਧੀਆ ਸਾਰਾ ਕੁਛ ਉਹਨੂੰ ਮਿਲ ਜਾਂਦਾ ਸੀ, ਜੀ ਸ਼੍ਰੋਮਣੀ ਕਮੇਟੀ ਦੇ ਵਿੱਚ ਪਹਿਲਾਂ ਤੋਂ ਹੁੰਦਾ ਆ ਰਿਹਾ। ਇਹਦੇ ਬਾਰੇ ਮੇਰਾ ਖਿਆਲ ਜੇ ਸੰਗਤਾਂ ਹੀ ਕੁਛ ਸੋਚਣ ਤਾਂ ਹੋ ਸਕਦਾ ਸ਼੍ਰੋਮਣੀ ਕਮੇਟੀ ਦੇ ਜਿਹੜੇ ਮਨੋ ਹੁਣ ਉੱਥੇ ਮੌਜੂਦਾ ਮੈਂਬਰ ਨੇ ਉਹਨਾਂ ਦੇ ਕੋਲੋਂ ਤਾਂ ਇਹੀ ਆਸਾਂ ਲਾਈਆਂ ਜਾ ਸਕਦੀਆਂ ਨੇ ਕਿ ਇਹਨਾਂ ਨੇ ਜਿਹੜਾ ਦਿਲ ਕੀਤਾ ਬਦਲੀ ਕਰਤੀ, ਜਿਹਦਾ ਦਿਲ ਕੀਤਾ ਚੱਕ ਕੇ ਬਾਹਰ ਮਾਰਿਆ ਜੀ। ਮੇਰਾ ਖਿਆਲ ਉੱਥੇ ਦਾ ਜਿਹੜਾ ਸਾਰਾ ਸਿਸਟਮ ਹੈ ਉਹ ਬੜਾ ਖੇ ਖਰਾਬ ਹੋਇਆ ਪਿਆ, ਖਰਾਬ ਹੋਇਆ ਪਿਆ, ਖੱਜਲ ਹੋਇਆ ਪਿਆ, ਲੋਕ ਬੜੇ ਦੁਖੀ ਨੇ, ਚਾਹੇ ਸੰਗਤਾਂ ਹੋਣ ਚਾਹੇ ਉੱਥੇ ਦੇ ਜਿਹੜੇ ਵਿੱਚ ਵਧੀਆ ਬੰਦੇ ਹੋਣ ਜਿਹੜੀਆਂ ਡਿਊਟੀਆਂ ਕਰਦੇ ਨੇ ਸ਼੍ਰੋਮਣੀ ਕਮੇਟੀ ਦੀਆਂ। ਕਹਿਣ ਦਾ ਮਤਲਬ ਹੈ ਕਿ ਸ਼੍ਰੋਮਣੀ ਕਮੇਟੀ ਦੀ ਡਿਊਟੀ ਕਰਨੀ ਅੱਜ ਦੇ ਡੇਟ ਦੇ ਵਿੱਚ ਬੜੀ ਔਖੀ ਹੋਈ ਪਈ। ਜੀ ਜੀ ਬਿਲਕੁਲ ਬਿਲਕੁਲ ਕੰਗ ਸਾਹਿਬ, ਆਪਣੇ ਕੋਲ ਮਿੰਟ 10 ਹੈ, ਖਬਰਾਂ ਆਪਣੇ ਕੋਲ 2 ਹੈ ਪੰਜਾਬ ਨਾਲ ਸੰਬੰਧਿਤ। ਜੇ ਗੱਲ ਕਰੀਏ ਸਭ ਤੋਂ ਪਹਿਲਾਂ ਕੈਪਟਨ ਸਰਕਾਰ ਦੀ, ਤੇ ਕੈਪਟਨ ਸਰਕਾਰ ਜਿਹੜੀ ਕਿ ਵੱਡੇ ਵੱਡੇ ਦਮਗਜ਼ੇ ਮਾਰਦੇ ਸੀਗੇ ਕਿ ਅਸੀਂ ਨੌਕਰੀਆਂ ਜਿਹੜੀਆਂ ਨੇ ਉਹ ਦੇ ਦੇਣੀਆਂ ਨੇ, ਦੇਣੀਆਂ ਵੀ ਮੈਂ ਸਰਕਾਰੀ ਨੇ ਤੇ ਨਾਲ ਮੋਬਾਈਲ ਵੀ ਹੱਥਾਂ 'ਚ ਫੜਾ ਦੇਣੇ ਆ, ਇਹ ਸਾਰੀਆਂ ਗੱਲਾਂ ਸੀਗੀਆਂ ਜਦੋਂ ਕਿ ਸਰਕਾਰ ਕਹਿੰਦੀ ਹੈ ਕਿ 150 ਅਸੀਂ ਵਾਅਦੇ ਪੂਰੇ ਕਰਦੇ ਨੇ। ਹੁਣ ਇਹ ਵੀ ਵਾਅਦਾ ਵਿੱਚ ਹੀ ਸੀਗਾ, ਪਰ ਕੈਪਟਨ ਸਾਹਿਬ ਨੇ ਇਹ ਗੱਲ ਕਹਿ ਦਿੱਤੀ ਹੈ ਕਿ ਸਰਕਾਰੀ ਨੌਕਰੀਆਂ ਅਸੀਂ ਨਹੀਂ ਦੇ ਸਕਦੇ, ਨਿੱਜੀ ਕੰਪਨੀਆਂ ਦੇ ਨਾਲ ਸਾਡੀਆਂ ਗੱਲਾਂ ਬਾਤਾਂ ਚੱਲ ਰਹੀਆਂ ਨੇ, ਜੇ ਉਹ ਮੰਨੀਆਂ ਤੇ ਫਿਰ ਅਸੀਂ ਨੌਕਰੀਆਂ ਜਿਹੜੀਆਂ ਨੇ ਉਹ ਦੇਵਾਂਗੇ, ਨਹੀਂ ਤਾਂ ਹਾਲ ਦੀ ਘੜੀ ਸਾਡੇ ਕੋਲੇ ਸਰਕਾਰੀ ਨੌਕਰੀਆਂ ਦੇਣ ਦੀ ਆਪਸ਼ਨ ਜਿਹੜੀ ਆ ਉਹ ਕੋਈ ਨਹੀਂ ਹੈਗੀ। ਨਹੀਂ ਮੇਰਾ ਖਿਆਲ ਜੇ ਨਾ ਕੈਪਟਨ ਸਾਹਿਬ ਨੂੰ ਇਹ ਗੱਲ ਕਹਿ ਰਹੇ ਸੀ ਕਿ ਅਸੀਂ ਸਰਕਾਰੀ ਨੌਕਰੀਆਂ ਦੇ ਤਾਂ ਨਹੀਂ ਸਕਦੇ, ਖੋ ਜ਼ਰੂਰ ਸਕਦੇ ਹਾਂ। ਜੀ 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 ਪਰ ਕੈਪਟਨ ਸਾਹਿਬ ਜਿਹੜੀ ਤੁਸੀਂ ਗੱਲ ਕਹੀ ਸੀ, ਜੇ ਤੁਸੀਂ ਉਹ ਪੂਰੀ ਨਹੀਂ ਕਰਨੀ ਤਾਂ ਲੋਕਾਂ ਦੇ ਵਿੱਚ ਤੁਹਾਨੂੰ ਵਿਚਰਨਾ ਬੜਾ ਔਖਾ ਹੋ ਜਾਣਾ ਜੀ, ਕਿਉਂਕਿ ਅਕਾਲੀ ਦਲ ਤਾਂ ਪਹਿਲੇ ਪੋਲ ਖੋਲ ਰੈਲੀਆਂ ਦੇ ਨਾਲ ਤੁਹਾਡੀਆਂ ਪੋਲਾਂ ਖੋਲਣ ਤੇ ਲੱਗਾ ਹੋਇਆ ਜੀ, ਜਦਕਿ ਕੈਪਟਨ ਸਾਹਿਬ ਤਾਂ 9 ਸਾਲ ਸੁੱਤੇ ਹੀ ਰਹੇ ਸੀ। ਉਹਨਾਂ ਨੇ ਉਹਨਾਂ ਨੂੰ ਹਲੇ ਇੱਕ ਸਾਲ ਵੀ ਨਹੀਂ ਸੀ ਹੋਇਆ ਜਦੋਂ ਉਹਨਾਂ ਨੇ ਪੋਲ ਖੋਲ ਰੈਲੀਆਂ ਸ਼ੁਰੂ ਕਰਤੀਆਂ, ਕਹਿਣ ਦਾ ਮਤਲਬ ਕਿ ਇਹਨਾਂ ਦੁਆਲੇ ਡੰਡਾ ਕੱਢੀ ਫਿਰਦੇ ਨੇ ਤੇ ਲੋਕਾਂ ਨੇ ਲਾਮਬੱਧ ਹੋ ਜਾਣਾ। ਬਿਲਕੁਲ ਜੇ ਤੁਸੀਂ ਸਰਕਾਰੀ ਨੌਕਰੀਆਂ ਨਹੀਂ ਦੇ ਸਕਦੇ ਤਾਂ ਤੁਹਾਨੂੰ ਆਪਣੇ ਚੋਣ ਮੈਨੀਫੈਸਟੋ ਚ ਕਿਹੜਾ ਮੈਸੇਜ ਚਾਹੀਦਾ, ਜੀ ਤੁਸੀਂ ਮੋਬਾਈਲ ਦੇਣੇ ਨਾ ਦਿਓ, ਨੌਕਰੀਆਂ ਤਾਂ ਲੋਕਾਂ ਨੂੰ ਦਿਓ ਨਾ। ਜੇ ਤੁਸੀਂ ਪ੍ਰਾਈਵੇਟ ਕੰਪਨੀ ਵਿੱਚ ਵੀ ਦੇਣੀ ਆ ਤਾਂ ਉਹਨਾਂ ਦੇ ਨਾਲ ਵੀ ਫਿਰ ਕੋਈ ਐਸੇ ਸਮਝੌਤੇ ਤਹਿਤ ਹੋਣੀ ਚਾਹੀਦੀ ਆ ਕਿ ਜਿਹਦੀ ਸਰਕਾਰੀ ਅਰਜੀਆਂ ਹੋਣ। ਜੀ
ਹੁਣ 5-5 ਹਜ਼ਾਰ ਤੇ ਤਾਂ ਅੱਜ ਕੱਲ੍ਹ ਨੌਜਵਾਨ ਕੋਈ ਬੀਟੈਕ ਕਰਕੇ, ਕੋਈ ਪੀਜੀਡੀਸੀ ਕਰਕੇ, ਕੋਈ ਵੱਡੀਆਂ ਵੱਡੀਆਂ ਹੋਰ ਡਿਗਰੀਆਂ ਡਿਪਲੋਮੇ ਕਰਕੇ 5-5 ਹਜ਼ਾਰ ਤਾਂ ਨੌਕਰੀ ਕਰੂਗਾ ਨੀ ਜੀ। ਤੇ ਪ੍ਰਾਈਵੇਟ ਕੰਪਨੀਆਂ ਕਿੰਨੀ ਕੁ ਤਨਖਾਹ ਦਿੰਦੀਆਂ ਨੇ ਤੁਹਾਨੂੰ ਪਤਾ ਹੀ ਹੈ ਜੀ। ਕੈਪਟਨ ਸਾਹਿਬ ਨੇ ਭਾਵੇਂ ਕਹਿਤਾ ਕਿ ਅਸੀਂ 150 ਆਪਣਾ ਵਾਅਦਾ ਪੂਰਾ ਕਰਤਾ, ਮੇਰਾ ਖਿਆਲ ਤਾਂ 1-2 ਕੇ ਸਾਨੂੰ ਦੱਸ ਦੇਣ ਕਿ ਅਸੀਂ ਪ੍ਰੋਪਰ ਕਰਤੇ, ਫਿਰ ਹੀ ਅਸੀਂ ਮੰਨ ਲਈਏ ਜੀ। ਦੇਖੋ ਜੀ, ਸਰਕਾਰਾਂ ਬਣਾਉਣ ਤੋਂ ਪਹਿਲਾਂ ਜਿਹੜੇ ਵੀ ਨੇਤਾ ਆਪਣੀਆਂ ਸਪੀਚਾਂ ਦੇ ਵਿੱਚ ਵਾਅਦੇ ਕਰਦੇ ਨੇ ਉਹ ਪੂਰੇ ਹੋਣ ਵਾਲੇ ਹੁੰਦੇ ਹੀ ਨਹੀਂ। ਲੋਕਾਂ ਨੂੰ ਇਹ ਗੱਲ ਅੱਜ ਦੀ ਡੇਟ ਦੇ ਵਿੱਚ ਸਮਝ ਲੈਣੀ ਚਾਹੀਦੀ ਹੈ ਕਿ ਸਿਰਫ ਤੇ ਸਿਰਫ ਝੂਠ ਹੀ ਬੋਲਦੇ ਨੇ ਜੀ। ਭਾਰਤ ਦੇ ਵਿੱਚ ਜਿੰਨੀਆਂ ਵੀ ਜਿੱਥੇ ਵੀ ਸਰਕਾਰਾਂ ਬਣੀਆਂ ਝੂਠ ਬੋਲ ਕੇ ਬਣਦੀਆਂ ਨੇ। ਲੋਕਾਂ ਦੇ ਪੱਲੇ 70 ਸਾਲ ਤੋਂ ਕੁਛ ਨਾ ਪਿਆ ਨਾ ਪੈਣਾ, ਤੇ ਜੇ ਲੋਕ ਚਾਹੁਣ ਤੇ ਕੁਛ ਨਵਾਂ ਸਿਸਟਮ ਜੇ ਬਦਲ ਸਕਦੇ ਤਾਂ ਬਦਲ ਲੈਣ, ਨਹੀਂ ਤਾਂ ਹੁਣ ਉਹ ਇੱਕ ਖੂਨ ਚੂਸਣ ਵਾਲੀਆਂ ਜੂਆਂ ਤਾਂ ਪਈਆਂ ਹੋਈਆਂ ਨੇ। ਕਿਤੋਂ ਕੀ ਮੰਗੀ ਜਾਓ, ਕੁਛ ਕਰੀ ਜਾਓ, ਧਰਨੇ ਪ੍ਰਦਰਸ਼ਨ ਕਰੀ ਜਾਓ, ਕਿਸੇ ਦੀ ਸਿਹਤ ਤੇ ਕੋਈ ਅਸਰ ਨਹੀਂ ਪੈਂਦਾ। ਕਿਉਂਕਿ ਸਿਆਣੇ ਕਹਿੰਦੇ ਹੁੰਦੇ ਨੇ ਕਿ ਹੱਥਾਂ ਨੇ ਦਿੱਤੀਆਂ ਮੂੰਹ ਦੇ ਨਾਲ ਖੋਲਣੀਆਂ ਪੈਂਦੀਆਂ, ਤੇ ਹੁਣ ਮੂੰਹ ਨਾਲ ਵੀ ਯਤਨ ਬਹੁਤ ਸਾਰੇ, ਪੂਰੇ ਭਾਰਤ ਦੇਸ਼ ਦੀ ਗੱਲ ਕਰੀਏ ਸਾਰੀਆਂ ਸਟੇਟਾਂ ਚ ਲੋਕ ਮੂੰਹ ਨਾਲ ਖੋਲਣ ਦਾ ਯਤਨ ਤਾਂ ਕਰ ਰਹੇ ਨੇ ਪਰ ਖੁੱਲਦੀਆਂ ਨੀ। ਰੱਬ ਖੈਰ ਕਰੇ ਕਿ ਕਿਤੇ ਇੱਕ ਅੱਧੀ ਵੀ ਖੁੱਲ ਕੇ ਤੇ ਸਾਰਿਆਂ ਦੇ ਚਾਨਣ ਮਨਾਰਾ ਸਿੱਧ ਹੋਵੇ। ਮੇਰਾ ਖਿਆਲ ਕੈਪਟਨ ਸਾਹਿਬ ਦਾ ਇਹ ਬਿਆਨ ਜਿਹੜਾ ਆ ਉਹ ਠੀਕ ਨੀ ਹੈਗਾ। ਲੋਕਾਂ ਦੇ ਦਿਲ ਜਿਹੜੇ ਆ ਉਹ ਪਹਿਲੇ ਵਿਚਾਰੇ ਘਾਉ ਮੂੰਹ ਕਰਦੇ ਸੀ, ਹੁਣ ਤਾਂ ਹੋਰ ਟੁੱਟ ਜਾਣੇ ਨੇ। ਨੌਕਰੀਆਂ ਵੀ ਨੀ ਮਿਲਣੀਆਂ, ਖੇਤੀ ਵੀ ਨੀ ਰਹੀ, ਤੇ ਨੌਜਵਾਨਾਂ ਦੇ ਪੱਲੇ ਵੀ ਬੇਰੁਜ਼ਗਾਰੀ ਅੱਗੇ ਨੂੰ ਵੱਧ ਗਈ ਹੈ। ਤੇ ਪਹਿਲਾਂ ਬਾਦਲਾਂ ਨੇ ਇਹ ਕੁਛ ਕੀਤਾ, ਹੁਣ ਕੈਪਟਨ ਨੇ ਇਹ ਕੀਤਾ, ਤੇ ਹੁਣ ਅਸੀਂ ਜਾਈਏ ਤਾਂ ਜਾਈਏ ਕਿੱਧਰ ਜੀ? ਬਿਲਕੁਲ ਬਿਲਕੁਲ। ਸੋ ਪੋਲ ਖੋਲ ਰੈਲੀਆਂ ਦੀ ਜੇ ਗੱਲ ਕੀਤੀ ਜਾਏ ਤਾਂ ਇਹਨਾਂ ਦਾ ਕੀ ਕੁਛ ਜਿਹੜਾ ਉਹ ਚੱਲ ਰਿਹਾ? ਕਿਉਂਕਿ ਪੋਲ ਖੋਲ ਰੈਲੀਆਂ ਸਰਕਾਰ ਦੇ ਖਿਲਾਫ ਸੀ, ਤੇ ਇਹਨਾਂ ਨੇ ਕਿਹੜੀਆਂ ਸਾਡੇ ਨਾਲ ਗੱਲਾਂ ਕੀਤੀਆਂ ਸੀ ਚੋਣ ਮੈਨੀਫੈਸਟੋ ਦੇ ਵਿੱਚ, ਤੇ ਇਹਨਾਂ ਨੇ ਪੂਰੇ ਨਹੀਂ ਕੀਤੇ, ਅਸੀਂ ਇਹਨਾਂ ਦੀ ਪੋਲ ਖੋਲੀਏ ਜੀ। ਸਰਕਾਰ ਦੇ ਖਿਲਾਫ ਨਾ ਹੋ ਕੇ ਪੋਲ ਖੋਲ ਰੈਲੀਆਂ ਅਕਾਲੀ ਦਲ ਦੇ ਖਿਲਾਫ ਹੀ ਹੋ ਰਹੀਆਂ ਨੇ ਜੀ। ਇਹਨਾਂ ਦੀ ਜੇ ਮੈਂ ਗੱਲ ਕਰਾਂ ਕਿ ਪਿੱਛੇ ਜਾਏ ਸ਼ਾਮ 84 ਦੇ ਵਿੱਚ ਬੀਬੀ ਜੋਸ਼ ਨੇ ਉੱਥੇ ਰੈਲੀ ਕਰਵਾਈ ਹੈ, ਤੇ ਉੱਥੇ ਭੀੜ ਨੀ ਇਕੱਠੀ ਹੋਈ ਜੀ। ਤੇ ਜਦੋਂ ਭੀੜ ਨੀ ਇਕੱਠੀ ਹੋਈ ਤਾਂ ਸੁਖਬੀਰ ਬਾਦਲ ਨੇ ਉਹਨਾਂ ਦੇ ਨਾਲ ਬੀਬੀ ਨਾਲ ਫਿਰ ਨਾਰਾਜ਼ ਹੋ ਗਏ ਕਿ ਜੇ ਤੁਹਾਡੇ ਕੋਲ ਭੀੜ ਇਕੱਠੀ ਨਹੀਂ ਸੀ ਹੋਣੀ, ਤੁਸੀਂ ਰੈਲੀ ਕਿਉਂ ਰੱਖੀ ਨਾ ਕਰਦੇ ਜੀ? ਜੀ ਹੁਣ ਹੁਸ਼ਿਆਰਪੁਰ ਦੇ ਵਿੱਚ ਉਹ ਕੌਂਸਟੀਚੁਐਂਸੀ ਆਉਂਦੀ ਹੈ, ਤੇ ਉੱਥੇ ਦਾ ਜਿਹੜਾ ਸਾਂਪਲਾ ਸਾਹਿਬ ਨੇ ਤੇ ਉੱਥੇ MP ਵੀ ਨੇ ਤੇ BJP ਦੇ ਪੰਜਾਬ ਦੇ ਪ੍ਰਧਾਨ ਵੀ ਨੇ, ਉੱਥੇ ਇਹਨਾਂ ਦੀ ਜੇ ਮਾੜੀ ਹਾਲਤ ਹੈ, ਗੜਸ਼ੰਕਰ ਦੇ ਵਿੱਚ ਮਾੜੀ ਹਾਲਤ ਹੈ, ਪੋਲ ਤਾਂ ਇਹਨਾਂ ਦੀ ਖੁਦ ਹੀ ਖੁੱਲ ਰਹੀ ਆ। ਮੇਰਾ ਖਿਆਲ ਇਹਨਾਂ ਤੋਂ ਵੱਧ ਹੋਰ ਦਾ ਕੀ ਹੋਣਾ ਕਿ ਲੋਕ ਅੱਜ ਨਾ ਕਾਂਗਰਸ ਦੇ ਖੇਮੇ ਵਿੱਚ ਜਾਣਾ ਚਾਹੁੰਦੇ ਨੇ, ਤੇ ਨਾ ਅਕਾਲੀ ਦਲ ਦੀਆਂ ਰੈਲੀਆਂ ਵਿੱਚ ਇਕੱਠੇ। ਲੋਕ ਕਹਿੰਦੇ ਜਿਹੜਾ ਕੰਮ ਹੈ ਉਹ ਕਰ ਲਓ, ਗੜਾ ਚਿਰ ਹੋ ਗਿਆ ਰੈਲੀਆਂ 'ਚ ਲੱਗਿਆ, ਕਦੇ ਭਗਵੰਤ ਮਾਨ ਦੀਆਂ ਰੈਲੀਆਂ ਦੇ ਵਿੱਚ ਜਾਂਦੇ ਸੀ ਹਨਾ, ਤੇ ਉਹਨਾਂ ਨੇ ਵੀ ਇਹਨਾਂ ਦੇ ਪੱਲੇ ਕੁਛ ਨੀ ਪਾਇਆ ਕਹਿਣਾ। ਮਤਲਬ ਜਿਹੜਾ ਸਿਆਸੀ ਸਿਸਟਮ ਜੋ ਵੀ ਇਹ ਤਿੰਨਾਂ ਪਾਰਟੀਆਂ ਦਾ ਇਹ ਪੂਰਾ ਵਿਗੜਿਆ ਹੋਇਆ, ਜੇ ਤਿੰਨੇ ਦੇ ਵਿੱਚੋਂ ਜਿਹੜੇ ਵਧੀਆ ਲੀਡਰ ਨੇ ਉਹ ਬਾਹਰ ਨਿਕਲਣ ਤੇ ਕੋਈ ਰੀਜਨਲ ਪਾਰਟੀ ਪੰਜਾਬ ਦੀ ਹੋਰ ਬਣੇ, ਜਿਹੜੀ ਕਿ ਪੰਜਾਬ ਦੇ ਹੱਕਾਂ ਲਈ ਲੜੇ, ਨਾ ਕਿ ਦਿੱਲੀ ਦੇ ਹੁਕਮਾਂ ਦੇ ਥੱਲੇ ਝੁਕੇ, ਫੇਰ ਪੰਜਾਬ ਦਾ ਕੁਛ ਬਣ ਸਕਦਾ। ਨਹੀਂ ਤਾਂ ਪਾਣੀਆਂ ਦੇ ਮੁੱਦੇ ਮਸਲਾ, ਪੰਜਾਬੀ ਬੋਲਦੇ ਇਲਾਕੇ, ਇਹੋ ਜਿਹੇ ਬਹੁਤ ਸਾਰੇ ਜਿਹੜੇ ਜਿਉਂ ਦੇ ਤਿਉਂ ਬਘਿਆੜ ਮੰਗਰ ਮੂੰਹ ਖੜੀ ਪੰਜਾਬ ਦੀ ਨੌਜਵਾਨੀ ਨੂੰ ਦੇਖ ਰਹੇ ਨੇ ਕਿ ਅਸੀਂ ਇਹਨਾਂ ਨੂੰ ਕਦੋਂ ਚਵਾ ਜਾਈਏ। ਜਦੋਂ ਜਿਹੜੇ ਲੀਡਰ ਨੇ ਇਹ ਦਿੱਲੀ ਦੇ ਹੁਕਮਾਂ ਥੱਲੇ ਪੰਜਾਬ ਦੀ ਜਵਾਨੀ ਨੂੰ ਨਾਸ਼ ਕਰਨ ਦੇ ਲਈ ਨਵੇਂ ਨਵੇਂ ਜਿਹੜੇ ਹਥਿਆਰ ਅਪਣਾ ਰਹੇ, ਚਾਹੇ ਉਹ ਨਸ਼ਿਆਂ ਦਾ ਹੋਵੇ, ਚਾਹੇ ਗੈਂਗਸਟਰਾਂ ਦਾ ਹੋਵੇ, ਚਾਹੇ ਅੱਤਵਾਦੀਆਂ ਦਾ ਹੋਵੇ, ਤੇ ਪੰਜਾਬ ਦੇ ਰਾਖੇ ਇਕੱਠੇ ਹੋ ਕੇ ਜੇ ਪੰਜਾਬ ਦੇ ਲਈ ਕੁਛ ਕਰ ਸਕਣ ਉਹਦੇ ਨਾਲ ਦੀ ਗੱਲ ਨਹੀਂ ਬਣਨੀ। ਇਹਨਾਂ ਪਾਰਟੀਆਂ ਤੋਂ ਮੇਰਾ ਖਿਆਲ ਲੋਕਾਂ ਨੂੰ ਹਲੇ ਵੀ ਬਚ ਜਾਣਾ ਚਾਹੀਦਾ, ਫਿਰ ਹੀ ਪੰਜਾਬ ਦੀ ਪੰਜਾਬੀ ਪੰਜਾਬੀ ਅੱਧੀ ਪੰਜਾਬੀ ਮਾਂ ਬੋਲੀ ਦੀ ਕੁਛ ਭਲਾਈ ਹੋ ਸਕਦੀ ਹੈ। ਨਹੀਂ ਤਾਂ ਜੇ ਇਹਨਾਂ ਦੇ ਪੱਲੇ ਜੇ ਪੈ ਰਹੇ ਤਾਂ ਆਹੀ ਕੁਛ ਪੱਲੇ ਪੈਣਾ ਜੀ। ਜੀ ਜੀ ਬਿਲਕੁਲ ਬਿਲਕੁਲ। ਕੰਗ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ ਕੀਮਤੀ ਸਮਾਂ ਪ੍ਰੋਗਰਾਮ ਨੂੰ ਦੇਣ ਦੇ ਲਈ, ਇੰਨੀ ਖੁੱਲ ਕੇ ਜਾਣਕਾਰੀ ਦੇਣ ਦੇ ਲਈ। ਧੰਨਵਾਦ, ਬਹੁਤ ਬਹੁਤ ਧੰਨਵਾਦ ਜੀ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ।